ਸਤਿ ਸ਼੍ਰੀ ਅਕਾਲ ਦੋਸਤੋ ਅੱਜ ਲੈ ਕੇ ਆ ਰਹੇ ਹਾਂ ਨਾਵਲ ਪਾਲੀ ਲੇਖਕ ਜਸਵੰਤ ਸਿੰਘ ਕਮਲ ਮੇਰਾ ਮੇਰੇ ਦਿਲ ਵਿੱਚ ਇੱਕ ਗੁੱਜੇ ਜਿਹੇ ਭੇਦ ਦਾ ਦਰਦ ਅੱਧ ਪੱਕੇ ਫੋੜੇ ਵਾਂਗ ਟਸ ਟਸ ਕਰ ਰਿਹਾ ਈ ਮੈਂ ਉਸ ਨੂੰ ਸਾਮ ਕੇ ਰੱਖਦਾ ਹਾਂ ਮਤੇ ਵਧੇਰੇ ਹੀ ਦੁੱਖ ਨਾ ਲੱਗ ਪਏ ਅੱਖੀਆਂ ਸਦਾ ਵਸਦੀਆਂ ਹੀ ਰਹਿੰਦੀਆਂ ਹਨ ਸਭ ਤੋਂ ਬਹੁਤਾ ਦੁੱਖ ਤੇ ਮੈਨੂੰ ਇਸ ਗੱਲ ਦਾ ਹੈ ਕਿ ਮੈਂ ਅੰਦਰੇ ਅੰਦਰ ਤੋਖਦਾ ਹਾਂ ਇਸ ਦਰਦ ਦੇ ਵੇਦਨਾ ਨੂੰ ਪੁਕਾਰ ਕੇ ਨਹੀਂ ਦੱਸ ਸਕਦਾ ਇੱਕ ਉਦਾਸ ਜਿਹੇ ਸਰੀਰ ਵਿੱਚ ਬੇਜਾਨ ਜਹੀ ਜਿੰਦ ਬੋਰੀਆਂ ਵਾਂਗ ਲਈ ਫਿਰਦਾ ਹਾਂ ਅਜੇ ਤੀਕ ਆਪਣੇ ਜ਼ਖਮ ਦੁਨੀਆ ਤੋਂ ਲੁਕਾਈ ਰੱਖੇ ਅਤੇ ਗੁੱਜੀਆਂ ਪੀੜਾਂ ਅੰਦਰ ਹੀ ਕੁੱਟੀ ਰੱਖੀਆਂ ਹਨ ਮੈਂ ਆਪਣੀ ਬਾਡੀ ਵਿੱਚ ਪਾਗੜ ਰਿਹਾ ਤੇ ਦੁਨੀਆ ਨੂੰ ਮੇਰੀਆਂ ਹਰਕਤਾਂ ਹੱਸਣ ਲਈ ਮਜਬੂਰ ਕਰਦੀਆਂ ਰਹੀਆਂ ਦੁਨੀਆ ਹੋਰ ਕਰੇ ਵੀ ਕੀ ਇਹ ਹੱਸਣਾ ਜਾਣਦੀ ਹੈ ਸਾਉਣਾ ਨਹੀਂ ਮੈਂ ਇਕੱਲਾ ਸਾਂ ਸ਼ਾਇਦ ਮੇਰੀ ਵੀ ਕਦੇ ਕੋਈ ਸੋਹਣੀ ਜਿਹੀ ਦੁਨੀਆ ਸੀ ਪਰ ਅੱਜ ਉਹ ਬਰਬਾਦ ਹੋ ਚੁੱਕੀ ਹੈ ਮੇਰੇ ਹਵਾ ਵਿੱਚ ਉੱਡ ਰਹੇ ਖੁੱਲੇ ਕੇਸ ਦੁਨੀਆ ਲਈ ਇੱਕ ਹੈਰਾਨੀ ਹੈ ਪਰ ਚੱਲੀ ਦੁਨੀਆ ਨਹੀਂ ਜਾਣਦੀ ਕਿ ਮੈਂ ਆਪਣੇ ਦਿਲ ਦੀ ਮਾਰਕਾ ਤੇ ਸਦੀਵੀ ਮਾਤਮ ਵਿੱਚ ਹਵਾ ਦੇ ਬੁੱਲੇ ਮੰਨ ਲਈ ਇਹਨਾਂ ਨੂੰ ਅਜਾਤ ਕਰ ਦਿੱਤਾ ਹੈ ਇਹ ਚੀਜ਼ਾਂ ਦੇ ਪੀੜਾ ਕਿੰਨਾ ਚਿਰ ਤੜਪਾਉਣੀਆਂ ਕੁਝ ਨਹੀਂ ਕਿਹਾ ਜਾ ਸਕਦਾ ਨਦੀ ਦੇ ਔਰਕ ਪ੍ਰਵਾਹ ਵਾਂਗੇ ਦਿਲ ਦਾ ਦਰਦ ਤਦ ਹੀ ਰੁਕੇਗਾ ਜਦ ਜ਼ਿੰਦਗੀ ਦੇ ਅਨੰਤ ਸਾਗਰ ਵਿੱਚ ਆਪੇਦ ਹੋ ਜਾਏਗਾ ਇਹ ਵੀ ਮੈਂ ਆਪਣੇ ਉਸ ਪਿਆਰੀ ਦੀ ਅਪਾਰ ਕਿਰਪਾ ਸਮਝਦਾ ਹਾਂ ਕਿ ਜਿਸ ਦੀ ਯਾਦ ਵਿੱਚ ਖੋਲ ਰਿਹਾ ਹਾਂ ਜੇ ਉਸ ਦੀ ਜ਼ਿੰਦਗੀ ਨਾਲ ਮੇਰੀ ਇਹ ਗਮਾਂ ਦੀ ਪੂੰਜੀ ਵੀ ਖੋ ਲਈ ਜਾਂਦੀ ਫੇਰ ਮੈਂ ਕੀ ਕਰਦਾ ਪਾਲੀ ਮੈਂ ਤੇਰੀ ਯਾਦ ਦੇ ਸਿਮਰਨ ਨਾਲ ਪਵਿੱਤਰ ਹੋ ਰਿਹਾ ਹਾਂ ਪਾਪ ਤੋ ਰਹਾ ਹਾਂ ਸ਼ਾਇਦ ਇਹ ਪਵਿੱਤਰਤਾ ਹੀ ਤੇਰੇ ਤੱਕ ਪੁੱਜਾਂ ਦਾ ਸੱਚਾ ਤੇ ਸਹੀ ਮਾਰਗ ਹੈ ਹੋ ਸਕਦਾ ਹੈ ਕਿਸੇ ਲਈ ਇਹ ਇੱਕ ਕਹਾਣੀ ਹੋਵੇ ਪਰ ਮੇਰੇ ਲਈ ਇਸ ਨੂੰ ਸਦਾ ਦੁਹਰਾਉਂਦੇ ਰਹਿਣਾ ਜ਼ਿੰਦਗੀ ਦੀ ਪੂਜਾ ਹੈ ਖਬਰੇ ਮੈਂ ਇਸ ਕਰਕੇ ਹੀ ਅਜ ਤੀਕ ਜਿੰਦਾ ਹਾਂ ਅਤੇ ਹੋਰ ਕੁਝ ਮੈਨੂੰ ਚੰਗਾ ਵੀ ਨਹੀਂ ਲੱਗਦਾ ਮੈਂ ਆਪਣੇ ਗੁਰਦੇਵ ਕੋਲ ਵਿਦਿਆ ਪੜਦਾ ਰਿਹਾ ਤਾਂ ਕਿ ਆਪਣੇ ਜੀਵਨ ਵਿੱਚ ਨਿਗਰ ਸੱਚਾਈ ਤੇ ਸੁੱਚੀ ਪਵਿੱਤਰਤਾ ਭਰ ਸਕਾਂ ਕੋਈ ਆਦਮੀ ਆਪਣੀ ਮਾਤਾ ਤੇ ਗੁਰੂਦੇਵ ਦਾ ਦੇਨ ਨਹੀਂ ਦੇ ਸਕਦਾ ਜਿਨ੍ਹਾਂ ਦੀ ਮਿਹਰਬਾਨੀ ਸਦਕਾ ਉਹ ਜੀਵਨ ਨੂੰ ਪਾਉਂਦਾ ਹੈ ਉਦੋਂ ਮੇਰੀ ਉਮਰ ਕੁੱਲ 18 ਵਰਿਆਂ ਦੀ ਸੀ ਵਿਦਿਆ ਦੇ ਸੁੰਦਰ ਭਾਵ ਜੀਵਨ ਦੀਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਵਿੱਚ ਚਮਕਣ ਲੱਗ ਪਏ ਸਨ ਮੈਂ ਵੀ ਹਰ ਕੰਮ ਵਿੱਚ ਸਵਾਦ ਤੇ ਚਾਜ ਆ ਮਹਿਸੂਸ ਕਰ ਰਿਹਾ ਸਾਂ ਉਦੋਂ ਮੈਨੂੰ ਕੀ ਪਤਾ ਸੀ ਕਿ ਇਹ ਨਿੱਕੀਆਂ ਸਵਾਦ ਬੂੰਦਾਂ ਹੀ ਇੱਕ ਦਿਨ ਮਿਲ ਕੇ ਦਰਿਆ ਤੇ ਉਸ ਤੋਂ ਪਿੱਛੋਂ ਸਾਗਰ ਹੋ ਜਾਣਗੀਆਂ ਜਿਸ ਵਿੱਚ ਮੇਰੀ ਨਤਾਣੀ ਨਈਆ ਗੋਤੇ ਖਾਵੇਗੀ ਇਸ ਮਾਸੂਮ ਚਾ ਚੰਗਿਆੜ ਤੋਂ ਪੰਬੜ ਹੋ ਮੈਨੂੰ ਸਾਰੇ ਨੂੰ ਚੌਲਸ ਸੁੱਟਣਗੇ ਨਿੱਕੀਆਂ ਚੀਜ਼ਾਂ ਸਮੇਂ ਨਾਲ ਵੱਡੀਆਂ ਹੁੰਦੀਆਂ ਹਨ ਅਤੇ ਵੱਡੀਆਂ ਮੋੜ ਇਨਕਲਾਬ ਨੂੰ ਪੁੱਜ ਕੇ ਪ੍ਰਮਾਣ ਨੂੰ ਹੋਰ ਡਿਗਰੀ ਡੇਗਦੀਆਂ ਹਨ ਜਿਨ੍ਹਾਂ ਵਿੱਚ ਕਾਲ ਕਦੇ ਆਪਣੇ ਦੌਰੇ ਨਾਲ ਫੇਰ ਜ਼ਿੰਦਗੀ ਤੜਕਾਂਦਾ ਹੈ ਮੇਰੇ ਖਿਆਲ ਵਿੱਚ ਫਨਾ ਕੋਈ ਚੀਜ਼ ਵੀ ਨਹੀਂ ਹੁੰਦੀ ਕੇਵਲ ਟੁੱਟ ਭੱਜ ਕੇ ਆਪਣੇ ਅਸਲੇ ਨੂੰ ਲੱਭਦੀ ਹੈ ਕਿ ਫੇਰ ਮੇਰੀਆਂ ਰਾਤਾਂ ਰਾਤ ਦਿਨ ਦੀਆਂ ਪ੍ਰੀਤ ਪ੍ਰਥਨਾਵਾਂ ਮੈਨੂੰ ਮੇਰੀ ਪ੍ਰੀਆ ਕੋਲ ਨਹੀਂ ਖਿੱਚ ਰਹੀਆਂ ਦੁਨੀਆ ਦੀ ਚੜਾਂਦ ਮੇਰਾ ਧਿਆਨ ਨਹੀਂ ਤੋੜ ਸਕੇਗੀ ਮੈਂ ਆਪਣੀ ਪਿਆਰੀ ਦੀ ਯਾਦ ਵਿੱਚ ਵਿਸਮਾਦ ਹੋਇਆ ਰਹਾਂਗਾ ਅੱਜ ਤੋਂ ਲਗਭਗ 4 ਸਾਲ ਪਹਿਲਾਂ ਇੱਕ ਸੁਹਾਵਣੀ ਸਵੇਰ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਕਿ ਮੰਜੇ ਤੋਂ ਉੱਠਦੇ ਨੂੰ ਹੀ ਦੋ ਨਿਸ਼ਾਨੀਆਂ ਸਨ ਪਰਵਾਤ ਵਾਂਗ ਮੇਰੇ ਵੀ ਬੁੱਲ ਹਸੇ ਕਿ ਮੈਨੂੰ ਵੀ ਕੋਈ ਯਾਦ ਕਰਦਾ ਹੈ ਨਿਸ਼ਾਂ ਦਾ ਸਵੇਰੀ ਆਉਣਾ ਤਾਂ ਇਹ ਹੀ ਜ਼ਾਹਰ ਕਰਦਾ ਹੈ ਪਰ ਮੇਰਾ ਤੇ ਕੋਈ ਪਿਆਰਾ ਨਹੀਂ ਮੈਨੂੰ ਕਿਸ ਯਾਦ ਕਰਨਾ ਹੈ ਉਦੋਂ ਮੈਨੂੰ ਆਪਣੇ ਗੁਰੂ ਦੇਵ ਦਾ ਕਹਿਣਾ ਚੇਤਾ ਆ ਕੁਦਰਤ ਦਾ ਹਰ ਨਿੱਕੇ ਤੋਂ ਨਿੱਕਾ ਅੰਗ ਕਿਸੇ ਨਾ ਕਿਸੇ ਲਈ ਜ਼ਰੂਰ ਇੱਕ ਤਕੜੀ ਖੇਚ ਰੱਖਦਾ ਹੈ ਇੱਕ ਮਾਮੂਲੀ ਕਲੀ ਪੌਰੇ ਦਾ ਦਿਲ ਵੰਦੀ ਹੈ ਕੁੰਡ ਰੂੜੀ ਦੀਆਂ ਸੁਰਾਂ ਜੰਗਲਾਂ ਵਿੱਚ ਮਿਰਗਾ ਨੂੰ ਕੀਵਾ ਤੇ ਬੱਦਲ ਗੂੰਜਾਂ ਇੱਕ ਮੋਰ ਨੂੰ ਨਰਤਲੀ ਮਜਬੂਰ ਕਰਦੀਆਂ ਹਨ ਕੀ ਫੇਰ ਮੇਰੀ ਨਖਰ ਰਹੀ ਜਵਾਨੀ ਕਿਸੇ ਲਈ ਮੇਰੇ ਜਵਾਨ ਭਾਵੇਂ ਇੱਥੇ ਆ ਕੇ ਸ਼ਰਮਾ ਗਏ ਸ਼ਰਮ ਇਸਤਰੀ ਪੁਰਸ਼ ਦੀ ਸਾਂਝੀ ਜੀਵਨ ਪੂੰਜੀ ਹੈ ਜਿਸ ਨੂੰ ਅਸੀਂ ਦੋਹੀ ਹੱਥੀਂ ਲਟਾਉਣ ਦੇ ਅਫਸੋਸ ਨਹੀਂ ਕਰਦੇ ਉਸ ਦਿਨ ਮੈਂ ਕਿਤੇ ਆਪਣੀ ਰਿਸ਼ਤੇਦਾਰੀ ਵਿੱਚ ਜਾਣਾ ਸੀ ਦੇਈ ਪੀ ਕੇ ਮੈਂ ਲੀੜੇ ਪਾਏ ਇੱਕ ਪੰਜਾਬੀ ਰਸਾਲਾ ਆਪਣੀ ਨੋਟਬੁੱਕ ਕਲਮ ਤੇ ਥੈਲਾ ਚੁੱਕ ਕੇ ਮੈਂ ਘਰੋਂ ਨਿਕਲਿਆ ਉਦੋਂ ਮੇਰੇ ਹਰ ਕੰਮ ਵਿੱਚ ਇੱਕ ਨਵਾਂ ਚਾਹ ਹੁੰਦਾ ਸੀ ਕਰੋਨਿਕਲ ਕਿ ਮੈਂ ਆਪਣੇ ਘਰ ਨੂੰ ਮੁੜ ਭੁਖੀ ਰੀਜ ਨਾਲ ਵੇਖਿਆ ਭਾਵੇਂ ਮੈਂ 2 ਦਿਨ ਲਈ ਹੀ ਬਾਹਰ ਜਾ ਰਿਹਾ ਸਾਂ ਪਰ ਫੇਰ ਵੀ ਮੇਰਾ ਸਬਰ ਇੱਕ ਦਿਨ ਬਾਹਰ ਰਹਿ ਕੇ ਇੰਨਾ ਉਤਾਵਲਾ ਹੋ ਜਾਂਦਾ ਜਿਵੇਂ ਮੈਂ ਇੱਕ ਸਾਲ ਤੋਂ ਆਪਣੀ ਜਨਮ ਭੂਮੀ ਨੂੰ ਤਰਸ ਰਿਹਾ ਹਾਂ ਮੈਂ ਗੱਡੀ ਚੜ੍ਹਨਾ ਸੀ ਮੇਰਾ ਸਟੇਸ਼ਨ 2 ਮੀਲ ਤੇ ਸੀ ਗੱਡੀ ਦੇ ਟਾਈਮ ਤੋਂ ਮੈਂ ਕੋਈ 2 2 ਘੰਟੇ ਪਹਿਲਾਂ ਤੁਰਿਆ ਸਾਂ ਕਿਉਂਕਿ ਮੈਂ ਇਸ 2 ਮੀਲ ਦੇ ਕੱਚੇ ਸਫ਼ਰ ਵਿੱਚ ਤੁਰ ਕੇ ਬੜਾ ਸਵਾਦ ਲੈਂਦਾ ਸਾਂ ਜਦ ਮਨੁੱਖ ਦੇ ਦਿਲ ਸਵਾਦਮਾਨ ਦੀ ਇੱਛਾ ਸ਼ਕਤੀ ਜਾਗ ਉੱਠੇ ਉਹ ਸਵੇਰੇ ਭਵੇਂ ਉਹ ਕੋਈ ਕੰਮ ਕਰੇ ਉਸ ਵਿੱਚ ਹੀ ਇੱਕ ਅਨੋਖਾ ਆਨੰਦ ਮਹਿਸੂਸ ਕਰਦਾ ਹੈ ਕਈ ਵਾਰ ਮੇਰੇ ਹਿਰਦਿੋਂ ਇੱਕ ਮੁਸਕਾਨ ਉੱਠਦੀ ਹੈ ਤੇ ਮੈਂ ਪਿਛੇ ਪੋਂ ਕੇ ਹਸਦੀਆਂ ਅੱਖਾਂ ਨਾਲ ਆਪਣੀਆਂ ਪੈੜਾਂ ਵੇਖਣ ਲੱਗ ਪੈਂਦਾ ਅਤੇ ਖਿਆਲ ਕਰਦਾ ਸਾਂ ਕਿ ਮੈਂ ਇੰਨਾ ਪੈੜਾਂ ਤੱਕ ਪੁੱਜ ਸਕਦਾ ਹਾਂ ਫਿਰ ਜਵਾਬ ਦਿੰਦਾ ਸਾਂ ਕਿ ਨਹੀਂ ਇੰਨਾ ਤੱਕ ਮੁੜ ਪੁੱਜਣਾ ਪੁੱਜਣ ਲਈ ਇੱਕ ਜਨਮ ਦੀ ਹੋਰ ਅੜੀਕ ਕਰਨੀ ਪਵੇਗੀ ਇੱਕ ਮੀਲ ਤੇ ਆ ਕੇ ਇੱਕ ਨਹਿਰ ਆ ਗਈ ਉਸ ਦੇ ਹਰਿਆਵਲੇ ਕਿਨਾਰਿਆਂ ਵਿੱਚ ਮੰਦ ਮੰਦ ਵਗਦਾ ਪਾਣੀ ਵੇਖ ਮੇਰਾ ਜੀ ਉੱਥੇ ਹੀ ਢੇਰੀ ਹੋ ਜਾਣ ਨੂੰ ਕੀਤਾ ਮੈਂ ਚੱਟ ਆਪਣਾ ਥੈਲਾ ਛੱਡ ਕੂਣੀ ਪਰਨੇ ਹਰੀ ਘਾਹ ਤੇ ਪੈ ਗਿਆ ਜਿਹੜੇ ਪੁਰਸ਼ ਆਪਣੇ ਮਨ ਦੇ ਜਜ਼ਬਿਆਂ ਨੂੰ ਕੁਚਲ ਕੇ ਕੋਈ ਕੰਮ ਕਰਦੇ ਹਨ ਉਹ ਆਪਣੀ ਆਤਮਾ ਨਾਲ ਇਨਸਾਫ ਨਹੀਂ ਕਰਦੇ ਅਤੇ ਜੀਵਨ ਨੂੰ ਧੋਖਾ ਦਿੰਦੇ ਹਨ ਕੁਝ ਸਮਾਂ ਮੈਂ ਆਨੰਦ ਵਿੱਚ ਕੀਵਾ ਹੋਇਆ ਪਿਆ ਰਹਾ ਥੋੜੇ ਚਿਰ ਪਿਛੋਂ ਮੇਰੀ ਨਜ਼ਰਾਂ ਨੇ ਨਹਿਰ ਦੇ ਪਾਣੀ ਤੋਂ ਦੀ ਤਰਦੀਆਂ ਤਰਦਿਆਂ ਆਪਣਾ ਸਟੇਸ਼ਨ ਵੇਖਿਆ ਮੈਂ ਜਾਣ ਦੀ ਭਾਵਨਾ ਨਾਲ ਉੱਠ ਕੇ ਬੈਠ ਗਿਆ ਅਫਸੋਸ ਅਸੀਂ ਦੁਨੀਆਵੀ ਤੁਸ਼ਕਮਾਂ ਦੀ ਖਾਤਰ ਆਪਣੇ ਮੌਲਿਕ ਸਵਾਦਾਂ ਨੂੰ ਕਿੰਨੀ ਬੇਦਰਦੀ ਨਾਲ ਕਤਲ ਕਰਦੇ ਹਾਂ ਪਰ ਮੇਰੀ ਨਵੀਂ ਮੁਸਕਾਨ ਆਖਰੀ ਸੀ ਕਿ ਸਵਾਦ ਕਿਸੇ ਚੀਜ਼ ਵਿੱਚ ਨਹੀਂ ਉਹ ਆਪਣੇ ਅੰਦਰ ਇੱਕ ਚਸ਼ਮੇ ਵਾਂਗ ਉਮੜਦਾ ਰਹਿੰਦਾ ਹੈ ਮੈਂ ਫੇਰ ਉੱਠ ਕੇ ਤੁਰ ਪਿਆ ਹਰ ਖਿਆਲ ਨਵਾਂ ਹੌਸਲਾ ਹੁੰਦਾ ਹੈ ਤੇ ਹਰ ਮੁਸਕਾਨ ਉਸ ਸ਼ਾਪਰੀ ਕੰਪਨੀ ਮੈਂ ਰਵਾਂ ਰਵਿਵ ਆ ਗਿਆ ਮਤਾ ਗੱਡੀਆਂ ਹੀ ਨਾ ਖੋਂਝ ਜਾਵਾਂ ਸਟੇਸ਼ਨ ਮਾਸਟਰ ਮੇਰੇ ਬڑے ਮਿੱਤਰ ਸਨ ਉਮਰ 50 ਨੂੰ ਪਹੁੰਚੀ ਹੋਈ ਸੀ ਕ੍ਰਿਸ਼ਨ ਭਗਤ ਹੋਣ ਕਰਕੇ ਰੋਇਆ ਤੇ ਨੱਚਿਆ ਬੜਾ ਕਰਦੇ ਸਨ ਤੇ ਕੀਰਤਨ ਦੇ ਆਨੰਦ ਵਿੱਚ ਬਹੁਤ ਮਗਰ ਰਹਿੰਦੇ ਮੈਂ ਸਟੇਸ਼ਨ ਵਿੱਚ ਵੜਦਿਆਂ ਨਮਸਤੇ ਕਹੀ ਉਹਨਾਂ ਨੇ ਉਹਨਾਂ ਨੂੰ ਦੇਖ ਕੇ ਮੁਸਕਰਾਇਆ ਸਟੇਸ਼ਨ ਮਾਸਟਰ ਨੇ ਹੱਸਦਿਆਂ ਕਿਹਾ ਕੀ ਗੱਲ ਹੈ ਮੁਸਕਰਾਉਂਦੇ ਹੋ ਮੈਂ ਹੈਰਾਨ ਹਾਂ ਬਾਬੂ ਜੀ ਤੁਸੀਂ ਬੁੱਢੇ ਹੱਸ ਰਹੇ ਹੋ ਮੈਂ ਜਵਾਨ ਨੇ ਮੁਸਕਰਾ ਲਿਆ ਤਾਂ ਕੀ ਹੋਇਆ ਅੱਛਾ ਇਹ ਗੱਲ ਹੈ ਹਾਂਜੀ ਚਿੰਜ ਕਿਸ ਗੱਲ ਦੀ ਅਜੇ ਤਾਂ ਹੱਸਣਾ ਹੈ ਹੱਸਣਾ ਤੇ ਰੋਣਾ ਕਦੋਂ ਹੈ ਇਸ ਗੱਲ ਦਾ ਬਾਬੂ ਜੀ ਖਿਆਲ ਹੀ ਨਹੀਂ ਰੱਖਿਆ ਮੈਂ ਉਦਾਸ ਜਿਹਾ ਹੋ ਗਿਆ ਕਿਉਂਕਿ ਰੋਣਾ ਤੇ ਹੱਸਣਾ ਜੀਵਨ ਦਾ ਬਦਲ ਦੇ ਪਰਛਾਵੇਂ ਹਨ ਮੈਂ ਇੱਕ ਨੂੰ ਸੁੱਖਾਂ ਨਾਲ ਭਰਿਆ ਵੇਖ ਕੇ ਚੁਣਿਆ ਸੀ ਉਸ ਦੇ ਨਾਲ ਦੂਜੇ ਦਾ ਆ ਜਾਣਾ ਕੁਦਰਤੀ ਸੀ ਬਾਬੂ ਟਿਕਟਾਂ ਦੇਣ ਲੱਗ ਪਏ ਪਿੰਡੂ ਸਟੇਸ਼ਨ ਹੋਣ ਤੇ ਵੀ ਇੱਥੇ ਕਾਫੀ ਭੀੜ ਹੋ ਜਾਂਦੀ ਸੀ ਸਟੇਸ਼ਨ ਦਿਵਾਲੇ ਸੋਣੀ ਹਰਿਆਵਲ ਸੀ ਇੱਕ 20 ਕੋ ਸਾਲ ਦੀ ਕੁੜੀ ਦਫ਼ਤਰ ਅੰਦਰ ਆਈ ਤੇ ਉਸਨੇ ਆਉਂਦਿਆਂ ਹੀ ਬਾਬੂ ਜੀ ਨੂੰ ਸਤਿ ਸ਼੍ਰੀਕਾਲ ਕਹੀ ਮੈਂ ਵੀ ਸਤਕਾਰ ਨਾਲ ਖੜਾ ਹੋ ਗਿਆ ਅਤੇ ਕੁਰਸੀ ਛੱਡ ਦੇ ਕਿਹਾ ਬੈਠੋ ਜੀ ਨਹੀਂ ਤੁਸੀਂ ਕੋਈ ਖਿਆਲ ਨਾ ਕਰੋ ਇਹ ਆਖੋ ਵੱਡੀ ਸਾਰੀ ਮੇਜ਼ ਦੇ ਇੱਕ ਕੋਨੇ ਤੇ ਬਹਿ ਗਈ ਮੈਨੂੰ ਕਿਸੇ ਦਾ ਚਿਹਰਾ ਵੇਖ ਕੇ ਉਸ ਦਾ ਗੁਣ ਔਗਣ ਦਾ ਅੰਦਾਜ਼ਾ ਲਾਉਣ ਦੀ ਇੱਕ ਆਦਤ ਪਈ ਹੋਈ ਸੀ ਉਸ ਕੁੜੀ ਨੂੰ ਵੀ ਮੈਂ ਆਪਣੀ ਆਦੇ ਤੋਂ ਅਨਸਾਰ ਵੇਖਣਾ ਸ਼ੁਰੂ ਕਰ ਦਿੱਤਾ ਉਸ ਵਿੱਚ ਮਿਠਾਸ ਸਿਉਂ ਜਾਪਦੀ ਸੀ ਜਿਵੇਂ ਮੇਰੇ ਨਿਰਾਸ਼ ਦਿਲ ਵਿੱਚ ਮੱਖੋ ਚੋ ਰਹੀ ਹੈ ਕੋਮਲਤਾ ਮੇਰੇ ਫਰਕ ਦੇ ਅੰਗਾਂ ਵਿੱਚ ਆਪੋ ਮੁਹਾਰੇ ਨਿਸਲਤਾ ਰਹੀ ਹੈ ਇੰਨੀ ਸ਼ਾਂਤ ਕੀ ਮੈਨੂੰ ਆਪਣੇ ਕਾਲੇ ਸੁਭਾਅ ਤੇ ਸ਼ਰਮ ਆ ਗਈ ਹਸ ਮੁਖ ਦੇ ਚਿੰਨ ਇੱਕ ਕਲੀ ਵਾਂਗ ਬੰਦ ਪਏ ਇਰਮਾਨ ਸਨ ਹੁਸਨ ਇੱਕ ਸਕਾਰ ਸਚਾਈ ਸੀ ਤਿੱਖੇ ਨਾਕਸ਼ਾਂ ਵਿੱਚੋਂ ਮੈਥੋਂ ਵੀ ਬਾਜ਼ੀ ਲੈ ਗਈ ਸੀ ਸੋਨੇ ਸਾਫ ਤੇ ਸਰੀਰ ਨਾਲ ਫੱਬੇ ਕੱਪੜਿਆਂ ਵਿੱਚ ਮੈਂ ਕਿਸੇ ਮਨਾ ਚਿਤਕਾਰ ਦਾ ਸ਼ਾਹਕਾਰ ਵੇਖ ਰਿਹਾ ਸਾਂ ਉਸ ਨੂੰ ਵੇਖ ਕੇ ਮੇਰੀਆਂ ਅੱਖਾਂ ਹੈਰਾਨੀ ਵਿੱਚ ਠਟੰਬਰ ਗਈਆਂ ਇਸ ਤੋਂ ਬਿਨਾ ਮੈਂ ਆਪਣੇ ਅੰਦਰ ਇੱਕ ਤਰ੍ਹਾਂ ਨੀਂਦ ਨਸ਼ਾ ਜਿਹਾ ਵੀ ਪ੍ਰਤੀਤ ਕਰ ਰਿਹਾ ਸਾਂ ਮੈਂ ਉਸ ਵਿੱਚ ਓਗਣ ਲੱਪਣ ਦੀ ਬੜੀ ਕੋਸ਼ਿਸ਼ ਕੀਤੀ ਪਰ ਇਹ ਫਿਤਰਤ ਦੇ ਉਲਟ ਸੀ ਕਿਉਂਕਿ ਜਿਹੜੀ ਚੀਜ਼ ਇੱਕ ਵਾਰ ਚੰਗੀ ਬਣ ਕੇ ਅੰਦਰ ਆਵੇ ਉਸ ਦਿਨ ਨੌਕਸ਼ਵੀਂ ਚੰਗਿਆਈ ਵਿੱਚ ਬਦਲ ਜਾਂਦੇ ਹਨ ਉੰਜ ਕੁੜੀਆਂ ਸਾਰੀਆਂ ਹੀ ਸੋਹਣੀਆਂ ਹੁੰਦੀਆਂ ਹਨ ਪਰ ਉਸ ਵਿੱਚ ਸਫਤਾਂ ਦੇ ਕੁਝ ਵਦੇਰੇ ਹੀ ਲਾਮਡੋਰੀ ਸੀ ਮੈਂ ਉਸ ਨੂੰ ਵੇਖ-ਵੇਖ ਕੇ ਇੱਕ ਅਜਿੱਤ ਦੇ ਨਵੀਂ ਖੁਸ਼ੀ ਅੰਦਰੇ ਅੰਦਰ ਮਾਨ ਰਿਹਾ ਸਾਂ ਪਰ ਬਾਰੋਂ ਮਨੁੱਖੀ ਅਣਖ ਦਾ ਕਾਇਲ ਪੰਜਾਬੀ ਮਾਸਿਕ ਪੱਤਰ ਉੱਤੇ ਐਵੇਂ ਨਜ਼ਰਾਂ ਸੁੱਟ ਰਿਹਾ ਸਾਂ ਸਟੇਸ਼ਨ ਮਾਸਟਰ ਆਪਣੇ ਕੰਮਾਂ ਵੱਲੋਂ ਵਿਹਲਾ ਹੋਇਆ ਤੇ ਮੈਨੂੰ ਪੁੱਛਣ ਲੱਗਾ ਅੱਜਕੱਲ ਕੀ ਵਿਚਾਰ ਦੇਹੁ ਆਤਮਾ ਸਿਧਾਂਤ ਤੁਸੀਂ ਭਗਤੀ ਦੇ ਕਾਇਲ ਹੋ ਜਾਂ ਗਿਆਨ ਦੇ ਭਗਤੀ ਵਿੱਚ ਦੀ ਲੰਘ ਕੇ ਹੀ ਇੱਕ ਜਗਿਆਸੂ ਗਿਆਨ ਤੱਕ ਪਹੁੰਚਦਾ ਹੈ ਮੈਂ ਨਿਰਸੰਦੇਹ ਗਿਆਨ ਨੂੰ ਅਧਿਕਾਰਤ ਦਿੰਦਾ ਹਾਂ ਤਦ ਫੇਰ ਤੁਹਾਡਾ ਖਿਆਲ ਵਿੱਚ ਭਗਤੀ ਭਾਵ ਨਾਲ ਮੁਕਤੀ ਨਹੀਂ ਮਿਲਣੀ ਹਾਂ ਭਗਤੀ ਦਵੇਤਵਾਦ ਬਿਨਾ ਨਹੀਂ ਹੋ ਸਕਦੀ ਅਤੇ ਗਿਆਨ ਕੇਵਲ ਇੱਕ ਬ੍ਰਹਮ ਦਾ ਹੀ ਜਨਾਇਕ ਹੈ ਇਹ ਮੇਰਾ ਖਿਆਲ ਨਹੀਂ ਸ਼ਾਸਤਰ ਦੱਸਦੇ ਹਨ ਇੱਕ ਆਦਮੀ ਬਾਰੋਂ ਹਾਫਿਆ ਹੋਇਆ ਆਇਆ ਅਤੇ ਉਸ ਆਉਂਦਿਆਂ ਹੀ ਸਟੇਸ਼ਨ ਮਾਸਟਰ ਨੂੰ ਪੁੱਛਿਆ ਜੀ ਬਾਬੂ ਜੀ ਗੱਡੀ ਕਿੰਨੇ ਵਜੇ ਆਊ ਜੀ ਬੱਸ ਆਉਣ ਹੀ ਵਾਲੀ ਹੈ ਫੇਰ ਜੀ ਮੈਨੂੰ ਟਿਕਟ ਦੇਣ ਦੀ ਮਿਹਰਬਾਨੀ ਕਰ ਦਿਓ ਉਸ ਗਰੀਬ ਜਿਹਾ ਬਣਦਿਆਂ ਕਿਹਾ ਲਿਆ ਫੜਾ ਪੈਸੇ ਬਾਬੂ ਜੀ ਦੇ ਚਿਹਰੇ ਤੇ ਗੁੱਸੇ ਦੇ ਚਿੰਨ ਸਨ ਉਸ ਆਦਮੀ ਨੂੰ ਟਿਕਟ ਦੇਣ ਚਲੇ ਗਏ ਉਸ ਕੁੜੀ ਨੇ ਮੇਰੇ ਕੋਲੋਂ ਪੰਜਾਬੀ ਰਸਾਲਾ ਹੱਥ ਦੀ ਸਿਆਣਤ ਨਾਲ ਮੰਗਿਆ ਮੈਂ ਮੇਜ ਅੱਗੇ ਪਏ ਰਸਾਲੇ ਨੂੰ ਉਸ ਵੱਲ ਵਧਾ ਦਿੱਤਾ। ਬਾਬੂ ਜੀ ਆ ਕੇ ਮੇਰੇ ਨਾਲ ਫੇਰ ਇਸੇ ਵਿਸ਼ੇ ਤੇ ਬਹਿਸ ਕਰਨ ਲੱਗ ਪਏ। ਮੇਰੀਆਂ ਠੋਸ ਦਲੀਲਾਂ ਅੱਗੇ ਬਾਬੂ ਜੀ ਦੀ ਕੋਈ ਪੇਸ਼ ਨਾ ਜਾਵੇ। ਮੈਨੂੰ ਇਉਂ ਜਾਪਦਾ ਸੀ ਜਿਵੇਂ ਉਹ ਯੁਕਤੀ ਮੇਰੀਆਂ ਕਈਆਂ ਜਾ ਰਹੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣ ਰਹੀ ਹੈ। ਭਾਵੇਂ ਉਸ ਦੀਆਂ ਨਜ਼ਰਾਂ ਰਸਾਲੇ ਤੇ ਫਿਰ ਰਹੀਆਂ ਸਨ ਪਰ ਉਸ ਨੂੰ ਕੱਖ ਸਮਝ ਨਹੀਂ ਪੈ ਰਹੀ ਸੀ ਕਿਉਂਕਿ ਉਹ ਕੋਈ ਕਈ ਵਾਰ ਰਸਾਲੇ ਦੀ ਕੰਨੀ ਨੀਵੀਂ ਕਰਕੇ ਮੈਨੂੰ ਵੇਖ ਵੀ ਲੈਂਦੀ ਸੀ ਸ਼ਾਇਦ ਉਸ ਦਾ ਮਨ ਚੋਰੀ ਵੇਖਣ ਲਈ ਮਜਬੂਰ ਸੀ ਪਰ ਲੋਕ ਲਾਜ ਦਾ ਥੋੜਾ ਡਰ ਪਰਦੇ ਪਰਦੇ ਦੀ ਓਟ ਲੈ ਰਿਹਾ ਸੀ ਮੈਂ ਇਸ ਗੱਲ ਬਾਤ ਦੇ ਸਮੇਂ ਵਿੱਚ ਇੱਕ ਗੱਲ ਦਾ ਅਨੁਮਾਨ ਹੀ ਨਹੀਂ ਨਿਸ਼ਚਾ ਕਰ ਲਿਆ ਸੀ ਕਿ ਇਸ ਸੋਹਣ ਰੱਦ ਕੁੜੀ ਦੇ ਅੰਦਰ ਇੱਕ ਹੰਮਦਰਦ ਦਿਲ ਹੈ ਕੋਈ ਗੁੱਜੀ ਜਿਹੀ ਭੁੱਖ ਹੈ ਜਿਹੜੀ ਹਰ ਆਦਮੀ ਨਹੀਂ ਜਾਣ ਸਕਦਾ ਬਾਬੂ ਜੀ ਨੇ ਉਧਰੋਂ ਮੁੜਦਿਆਂ ਕਿਹਾ ਸਾਡਾ ਸ਼ਾਇਰਾਂ ਦਾ ਅਸਲ ਵਿੱਚ ਕਿਸੇ ਚੀਜ਼ ਤੇ ਵੀ ਨਿਸ਼ਚਾ ਨਹੀਂ ਹੁੰਦਾ ਅਸੀਂ ਸਾਰੇ ਹੀ ਹੱਸ ਪਏ ਇੱਕ ਕੁਲੀ ਅੰਦਰ ਆਇਆ ਤੇ ਉਸਨੇ ਕਿਹਾ ਬਾਬੂ ਜੀ ਗੱਡੀ ਸਿਗਨਲ ਛੱਡ ਆਈ ਅਸੀਂ ਸਾਰੇ ਬਾਹਰ ਨਿਕਲੇ ਸੁੰਦਰੀ ਨੇ ਮੇਰਾ ਰਸਾਲਾ ਫੜਾਂਦੇ ਧੰਨਵਾਦ ਕੀਤਾ ਮੈਂ ਜਵਾਬ ਵਿੱਚ ਕਿਹਾ ਤੁਸੀਂ ਸਫ਼ਰ ਵਿੱਚ ਵੀ ਇਸੇ ਨੂੰ ਪੜ੍ਹ ਸਕਦੇ ਹੋ ਤੁਸਾਂ ਆਪ ਪੜ੍ਹਨਾ ਹੋਵੇਗਾ ਨਹੀਂ ਮੈਂ ਜੋ ਕੁਝ ਪੜ ਚੁੱਕਾ ਹਾਂ ਉਸ ਨੂੰ ਵਿਚਾਰ ਲਵਾਂਗਾ ਸ਼ੁਕਰੀਆ ਅਸੀਂ ਆਡ ਅੱਡ ਗੱਡੀ ਚੜੇ ਮੇਰਾ ਦਿਲ ਚਾਹੁੰਦਾ ਸੀ ਕਿ ਇਸ ਸੋਹਣੀ ਕੁੜੀ ਨਾਲ ਸਫ਼ਰ ਕਰਾਂ ਹਾਨ ਪਿਆਰਾ ਕੀ ਪਤਾ ਉਸ ਦਾ ਦਿਲ ਵੀ ਇੱਕ ਡੱਬੇ ਵਿੱਚ ਹੀ ਰਲ ਬਹਿਨੂ ਕਰਦਾ ਹੋਵੇ ਅਸੀਂ ਚੇਜ਼ ਕਰਦੀਨ ਇੱਕ ਦੂਜੇ ਨੂੰ ਕੁਝ ਨਾ ਕਹਿ ਸਕੇ ਅਗਲੇ ਸਟੇਸ਼ਨ ਤੇ ਇੰਜਣ ਪਾਣੀ ਲੈਣ ਲਈ ਆਮ ਸਟੇਸ਼ਨ ਨਾਲੋਂ ਬਹੁਤਾ ਚੈਰ ਖਲੋਤਾ ਮੈਂ ਉਤਰ ਕੇ ਪਲੇਟਫਾਰਮ ਤੇ ਫੇਰਨ ਲੱਗ ਪਿਆ ਪਲੇਟਫਾਰਮ ਤੇ ਵੱਡੇ ਵੱਡੇ ਚਿਹਨੇ ਪੱਥਰ ਵੇਖ ਕੇ ਮਜ਼ਦੂਰ ਦੀ ਕਰੜੀ ਮਿਹਨਤ ਨੂੰ ਹੌਕੇ ਭਰਦੀ ਜਾਪੀ ਮੇਰੇ ਤਰਸ ਰਹੇ ਦਿਲ ਵਿੱਚ ਇਨਕਲਾਬ ਦੀਆਂ ਲਹਿਰਾਂ ਚਰਨ ਚਰਨ ਫਿਰਨ ਲੱਗੀਆਂ ਮੈਂ ਸੋਚਦਾ ਸਾਂ ਦੁਨੀਆ ਤਕੜੇ ਮਾਰੇ ਦੀ ਜੰਗ ਹੈ ਜ਼ਿੰਦਗੀ ਨਾਲ ਕੋਈ ਇਨਸਾਫ ਨਹੀਂ ਕੀਤਾ ਜਾ ਰਿਹਾ ਉਦੋਂ ਹੀ ਇੰਜਨ ਨੇ ਸੀਟੀ ਮਾਰੀ ਤੇ ਗੱਡੀ ਤੁਰਨ ਲਈ ਇੱਕ ਵਾਰ ਹੀ ਹਿੱਲੀ ਮੈਂ ਛੱਟ ਜਿਹੜਾ ਡੱਬਾ ਅੱਗੇ ਆਇਆ ਉਸੇ ਵਿੱਚ ਹੀ ਚੜ ਗਿਆ ਅੱਗੇ ਉਹੀ ਸੁੰਦਰੀ ਬੈਠੀ ਸੀ ਉਹ ਮੈਨੂੰ ਵੇਖ ਕੇ ਬੇਮਾਲੂਮ ਜਿਹਾ ਮੁਸਕਰਾਈ ਪਰ ਮੈਂ ਕਾਫੀ ਸ਼ਰਮ ਮਹਿਸੂਸ ਕੀਤੀ ਖਿਆਲ ਕਰਦਾ ਸਾਂ ਕਿ ਇਸ ਇਸ ਸੁੰਦਰੀ ਦੇ ਦਿਲ ਜਰੂਰ ਸ਼ੱਕ ਪੈ ਗਿਆ ਹੋਵੇਗਾ ਕਿ ਮੈਂ ਜਾਣ ਬੁਝ ਕੇ ਹੀ ਉਸ ਦੇ ਡੱਬੇ ਵਿੱਚ ਆਇਆ ਹਾਂ ਪਰ ਉਸ ਕਿਹਾ ਆਉ ਨਾ ਬੈਠੋ ਉਸ ਦੇ ਕਹੇ ਹੋਏ ਸ਼ਬਦ ਬੜੇ ਮਿੱਠੇ ਸਨ ਮੈਂ ਬੈਹਿੰਦਿਆਂ ਉਸ ਦਾ ਧੰਨਵਾਦ ਕੀਤਾ ਮੈਨੂੰ ਹਲੇ ਵੀ ਆਪਣੇ ਅੰਦਰ ਜ਼ਖਮੀ ਜ਼ਖਮੀ ਜਾਪਦਾ ਸੀ ਉਸ ਕੁੜੀ ਦੀ ਬੋਲਚਾਲ ਤੋਂ ਮੈਂ ਖਿਆਲ ਕੀਤਾ ਕਿ ਪੜੀ ਲਿਖੀ ਹੋਣ ਤੋਂ ਬਿਨਾ ਸਿਆਣੀ ਵੀ ਬਹੁਤ ਹੈ ਉਸ ਰੋਕ ਕੇ ਕਿਹਾ ਤੁਹਾਡੇ ਖਿਆਲ ਬੜੇ ਪਵਿੱਤਰ ਹਨ ਪਵਿੱਤਰ ਤਾਂ ਕੇਵਲ ਮਾਨ ਹੀ ਹੋ ਸਕਦਾ ਹੈ ਤੇ ਉਸ ਵਿੱਚ ਦੀ ਲੰਗੀ ਹਰ ਚੀਜ਼ ਉਸ ਦੇ ਰੂਪ ਵਿੱਚ ਰੰਗੀ ਜਾਂਦੀ ਹੈ ਤੁਹਾਡੀ ਹਰ ਗੱਲ ਹੈਰਾਨ ਕਰਨ ਵਾਲੀ ਹੈ ਇਹ ਸੁਣ ਕੇ ਮੈਂ ਲੱਜ ਨਾਲ ਨੀਵੀਂ ਪਾ ਲਈ ਅਤੇ ਉਸ ਦੇ ਸੈਂਡਲ ਵੇਖਣ ਲੱਗ ਪਿਆ ਜਿਹੜੇ ਕਾਲੇ ਰੰਗ ਵਿੱਚ ਗੋਰੇ ਪੈਰਾਂ ਤੇ ਚਿੱਟੀ ਸਾੜੀ ਨਾਲ ਚੰਗੇ ਸਜੇ ਹੋਏ ਸਨ ਉਸ ਨੇ ਮੋੜ ਪੁੱਛਿਆ ਕੀ ਤੁਸੀਂ ਸ਼ਾਇਰ ਵੀ ਹੋ ਐਵੇਂ ਕਦੇ ਟੁੱਟੇ ਫੁੱਟੇ ਸ਼ਬਦ ਜੋੜਦਾ ਹੁੰਦਾ ਹਾਂ ਇੰਨੀ ਛੋਟੀ ਉਮਰ ਵਿੱਚ ਇੰਨੇ ਗੁਣ ਕਿਵੇਂ ਆ ਸਕਦੇ ਹਨ ਕਵੀ ਹੁਣ ਭਗਵਾਨ ਦੇ ਪਿਆਰੇ ਦੀ ਚੇਟਕ ਤੇ ਫਲਸਫਾਰ ਮੈਂ ਤੇ ਤੁਹਾਡੀਆਂ ਇੱਕ ਦੋ ਗੱਲਾਂ ਸੁਣ ਕੇ ਹੀ ਹੈਰਾਨ ਹਾਂ ਹੈਰਾਨੀ ਕਿਸ ਗੱਲ ਦੀ ਸਭ ਹੈਰਾਨੀਆਂ ਸੁਪਨੇ ਵਰਗੇ ਪਰਮ ਹੁੰਦੀਆਂ ਹਨ ਸਾਡੇ ਮਨ ਇੰਨੇ ਛੋਟੇ ਤੇ ਦਿਮਾਗ ਇੰਨੇ ਕਮਜ਼ੋਰ ਹੋ ਚੁੱਕੇ ਹਨ ਕਿ ਉਹਨਾਂ ਲਈ ਹਰ ਛੇ ਹਰ ਛੋਟੀ ਗੱਲ ਇੱਕ ਹੈਰਾਨੀ ਬਣ ਜਾਂਦੀ ਹੈ ਮੈਂ ਤੁਹਾਡੀ ਸਿਆਣਪ ਦੀ ਕਦਰ ਕਰਦੀ ਹਾਂ ਅਤੇ ਇਹ ਆਖਣ ਵਿੱਚ ਵੀ ਚੇਜਕ ਨਹੀਂ ਹੁਨੁਭਾਵ ਕਰਦੀ ਕਿ ਅੱਜ ਇਸੜੀਅਤ ਦੇ ਨੇੜੇ ਗਿਆ ਆਦਮੀ ਡਿੱਠਾ ਹੈ ਮੈਂ ਨਹੀਂ ਕਹਿ ਸਕਦਾ ਕਿ ਇਹ ਕਿੰਨਾ ਕੁ ਸੱਚਾ ਹੈ ਮੈਂ ਸੱਚਮੁੱਚ ਹੀ ਲੋੜੇ ਦੀ ਸ਼ਰਮ ਮਹਿਸੂਸ ਕਰ ਰਿਹਾ ਸਾਂ ਸਾਥੀ ਰਹੀਆਂ ਦੀਆਂ ਅੱਖਾਂ ਵਿੱਚ ਵੀ ਸਾਡੀ ਗੱਲਬਾਤ ਇੱਕ ਹੈਰਾਨੀ ਵਾਲੀ ਸੀ ਇੱਕ ਇਸਤਰੀ ਮਰਦ ਦਾ ਗੱਡੀ ਵਿੱਚ ਇਉਂ ਗੱਲਾਂ ਕਰਨਾ ਪੱਛਮੀ ਤਹਿਜ਼ੀਬ ਨੂੰ ਪੁਚਕਾਰ ਸਜਕਾਰ ਕੋਲ ਸਦਨ ਦੀ ਤੁਲਸੀ ਪੱਛਮੀ ਸਭਿਆਤ ਦੀ ਹੱਦੋਂ ਵੱਧ ਖੁੱਲ ਨੂੰ ਅੱਜ ਵੀ ਮੈਂ ਦਿਲੋਂ ਨਫ਼ਰਤ ਕਰਦਾ ਹਾਂ ਪਰ ਉਸ ਵੇਲੇ ਅਸੀਂ ਗੱਲਾਂ ਕਰਦੇ ਰਹਿਣਾ ਜ਼ਰੂਰ ਚਾਹੁੰਦੇ ਸਾਂ ਜਵਾਨ ਵਲ ਵਲੇ ਸਭਿਆਤ ਦੀਆਂ ਹੱਦਾਂ ਨੂੰ چیر ਜਾਂਦੇ ਸਨ ਸਭਿਆਤ ਨੂੰ ਕਿਸੇ ਮੌਕੇ ਮਜਬੂਰ ਹੋ ਕੇ ਉਹਨਾਂ ਦੇ ਪਿੱਛੇ ਲੱਗਣਾ ਪੈਂਦਾ ਹੈ ਮੈਨੂੰ ਇਉਂ ਪਾਸ ਰਿਹਾ ਸੀ ਜਿਵੇਂ ਉਹ ਕੁੜੀ ਮੈਨੂੰ ਜਾਣਨ ਲਈ ਬੇਕਰਾਰ ਹੈ ਪਰ ਚੁੱਪ ਦੇ ਚਿੱਤ ਵਿੱਚ ਡੰਡ ਜਿਹੀ ਬਣੀ ਹੋਈ ਸੀ ਦਲਤੇ ਮੇਰਾ ਵੀ ਅੰਦਰੋਂ-ਅੰਦਰ ਪਤਾ ਕਰਨਾ ਚਾਹੁੰਦਾ ਸੀ ਕਿ ਇਹ ਕੌਣ ਕੁੜੀ ਹੈ ਤੇ ਕਿੱਥੋਂ ਹੈ ਪਰ ਬੋਛ ਨਹੀਂ ਸਕਦਾ ਰੱਬ ਦਾ ਹਜ਼ਾਰ ਸ਼ੁਕਰ ਹੈ ਕਿ ਉਸ ਆਪ ਹੀ ਪਹਿਲ ਕਰ ਦਿੱਤੀ ਅਤੇ ਮੇਰੇ ਕੋਲੋਂ ਪੁੱਛਿਆ ਤੁਹਾਡਾ ਘਰ ਕਿੱਥੇ ਹੈ ਮੇਰਾ ਪਿੰਡ ਸ਼ੀਨਾ ਹੈ ਸ਼ੀਨੇ ਸਾਡੇ ਪਿੰਡ ਦੀ ਇੱਕ ਕੁੜੀ ਵਿਆਹੀ ਹੋਈ ਹੈ ਕੀ ਮੈਂ ਤੁਹਾਡਾ ਪਿੰਡ ਜਾਣ ਸਕਦਾ ਹਾਂ ਤਲਵੰਡੀ ਉਸ ਥੋੜਾ ਜਿਹਾ ਮੁਸਕਰਾਉਂਦਿਆਂ ਕਿਹਾ ਲੁਧਿਆਣਾ ਲੁਧਿਆਣਾ ਆ ਗਿਆ ਸਾਰੇ ਮੁਸਾਫਰ ਉਤਰਨ ਦੀ ਫਿਕਰ ਵਿੱਚ ਉੱਠ ਰਹੇ ਸਨ ਪਰ ਅਸੀਂ ਹਲੇ ਚੁੱਪ ਬੈਠੇ ਸਾਂ ਐਸ ਲਈ ਕਿ ਗੱਡੀ ਖਾਲੀ ਹੋਣ ਤੇ ਸੁਖਾਲੇ ਉਤਰ ਸਕਾਂਗੇ ਕੋਈ ਆਪਣੀ ਗੱਠੜੀ ਚੁੱਕ ਰਿਹਾ ਸੀ ਤੇ ਕੋਈ ਕੁੜੀ ਨੂੰ ਆਵਾਜ਼ ਦੇ ਰਿਹਾ ਸੀ ਸਭ ਤੋਂ ਪਿੱਛੋਂ ਅਸੀਂ ਵੀ ਉੱਠੇ ਤੁਸੀਂ ਕਿੱਥੇ ਜਾ ਰਹੇ ਹੋ ਉਹ ਸੁੰਦਰੀ ਦੇ ਕੋਮਲ ਸ਼ਬਦਾਂ ਨੇ ਮੈਨੂੰ ਕਿਧਰੇ ਰੁੜੇ ਜਾਂਦੇ ਨੂੰ ਸੁਚੇਤ ਕੀਤਾ ਮੈਂ ਦੂਰ ਕਲਿਆਣ ਨੂੰ ਜਾ ਰਿਹਾ ਹਾਂ ਅਸੀਂ ਦੋਵੇਂ ਪੁੱਲ ਦੀਆਂ ਪੌੜੀਆਂ ਚੜ੍ਹ ਰਹੇ ਸਾਂ ਉਹ ਸੁੰਦਰੀ ਨੇ ਮੁੜ ਕੇ ਆ ਤੁਸਾਂ ਮਾਫ ਕਰਨਾ ਤੇ ਕੁਝ ਹੋਰ ਹੀ ਨਾ ਸਮਝਣਾ ਪਰ ਤੁਹਾਡੇ ਵਰਗੇ ਸਿਆਣੇ ਲਈ ਇਹ ਗੱਲ ਕਹਿਣੀ ਉਂਝ ਹੀ ਉਂਝ ਹੈ ਹੀ ਗਲਤੀ ਮੈਂ ਤੁਹਾਡਾ ਨਾਮ ਪੁੱਛਣਾ ਚਾਹੁੰਦੀ ਹਾਂ ਨਾਮ ਪੁੱਛ ਵੀ ਲਓ ਅਤੇ ਦੱਸ ਵੀ ਦੇਵੋ ਮੇਰਾ ਨਾਮ ਬਲਬੀਰ ਹੈ ਮੇਰਾ ਨਾਮ ਪ੍ਰਿਤਪਾਲ ਹੈ ਅੱਜ ਕਿੱਥੇ ਜਾ ਰਹੇ ਹੋ ਮੈਂ ਜਲੰਧਰ ਜਾ ਰਹੀ ਹਾਂ ਅਤੇ ਉੱਥੇ ਫੌਜੀ ਸੇਵਾਦਾਰਨੀ ਦੀ ਹیثیت ਵਿੱਚ ਟ੍ਰੇਨਿੰਗ ਲੈ ਰਹੀ ਹਾਂ ਅਸੀਂ ਪੁੱਲ ਚੜੇ ਉਸਨੇ 2 ਨੰਬਰ ਪਲੇਟਫਾਰਮ ਤੇ ਜਾਣਾ ਸੀ ਉਸਨੇ ਮੈਨੂੰ ਰਸਾਲਾ ਫੜਾਉਂਦਿਆਂ ਸਤਿ ਸ਼੍ਰੀ ਅਕਾਲ ਬੁਲਾਈ ਉਹ ਪੌੜੀਆਂ ਉਤਰ ਗਈ ਤੇ ਮੈਂ ਅੱਗੇ ਚੱਲਿਆ ਗਿਆ ਟਿਕਟ ਬਾਬੂ ਨੂੰ ਦੇ ਕੇ ਮੈਂ ਸ਼ਹਿਰ ਨੂੰ ਚਲਾ ਗਿਆ ਰਾਹ ਵਿੱਚ ਪਾਲ ਨਾਲ ਨਵੀਂ ਵਾਕਫੀ ਬਾਰੇ ਮੈਂ ਬੜਾ ਖੁਸ਼ ਹਾਂ ਉਸ ਵੇਲੇ ਸੋਚਿਆ ਵੀ ਮੇਰਾ ਸਮਝ ਵਿੱਚ ਕੁਝ ਨਹੀਂ ਸੀ ਆਉਂਦਾ ਇੱਕ ਕਮਲੀ ਜਿਹੀ ਖੁਸ਼ੀ ਨਾਲ ਮੈਨੂੰ ਆਪਣਾ ਆਪ ਭਰਿਆ ਭਰਿਆ ਜਾਪਦਾ ਸੀ ਮੈਂ ਕਾਲੀ ਕਾਲੀ ਸ਼ਹਿਰ ਗਿਆ ਤੇ ਇੱਕ ਦੋ ਲੋੜੀ ਦੀਆਂ ਚੀਜ਼ਾਂ ਲਈਆਂ ਕਾਲ ਐਸ ਲਈ ਕਰ ਰਿਹਾ ਸਾਂ ਕਿ ਇੱਕ ਵਾਰ ਇੱਕ ਵੀਰਪਾਲ ਨੂੰ ਸਟੇਸ਼ਨ ਤੇ ਫੇਰ ਜਾ ਵੇਖਾਂ ਮੇਰੀ ਗੱਡੀ ਨੇ 2 ਵਜੇ ਜਾਣਾ ਸੀ ਅਤੇ ਉਸ ਦੇ ਜਾਣ ਵਿੱਚ ਅਜੇ 2.5 ਘੰਟੇ ਬਾਕੀ ਸਨ ਮੈਂ ਸਟੇਸ਼ਨ ਤੇ ਆ ਕੇ ਪਾਲ ਨੂੰ ਇੱਕ ਬੈਂਚ ਤੇ ਬੈਠੀ ਦੇਖਿਆ ਉਸ ਵੀ ਮੈਨੂੰ ਵੇਖ ਕੇ ਕਿਹਾ ਮੇਰੀ ਗੱਡੀ ਤਾਂ ਅਜੇ 2 ਘੰਟੇ ਲੇਟ ਹੈ ਜੰਗ ਦੇ ਜੰਗ ਦੇ ਦੇਣਾ ਕਰਕੇ ਗੱਡੀਆਂ ਆਮ ਤੌਰ ਤੇ ਲੇਟ ਹੋ ਜਾਂਦੀਆਂ ਸਨ ਮੈਂ ਉਸ ਦੇ ਕੋਲ ਆ ਕੇ ਕਿਹਾ ਉਹ ਬੈਂਚ ਦੇ ਇੱਕ ਪਾਸੇ ਹੋ ਕੇ ਬਹਿ ਗਈ ਅਤੇ ਮੇਰੇ ਬੈਠਣ ਲਈ ਕਾਫੀ ਥਾਂ ਕਰ ਦਿੱਤੀ ਅਸੀਂ ਆਕੜੀ ਹੋਈ ਬੈਂਚ ਤੇ ਬੈਠੇ ਸਾਂ ਮੈਂ ਕੁਝ ਪੁੱਛਣਾ ਚਾਹੁੰਦਾ ਸਾਂ ਪਰ ਉਸ ਨੂੰ ਝਿਜਕਦਾ ਕੁਝ ਕਹਿ ਵੀ ਨਹੀਂ ਸੀ ਸਕਦਾ ਕਈ ਵਾਰ ਗੱਲ ਬੁੱਲਾਂ ਨਾਲ ਟਕਰਾ ਕੇ ਪਿੱਛੇ ਮੁੜ ਜਾਂਦੀ ਰਹੀ ਅਖੀਰ ਮੈਂ ਗੱਲ ਤੋੜ ਲਈ ਮਾਫ ਕਰਨਾ ਮੈਂ ਕੁਝ ਪੁੱਛਣ ਲਈ ਗਲਤੀ ਕਰ ਰਿਹਾ ਹਾਂ ਮਾਫੀ ਕਾਦੀ ਪੁੱਛੋ ਤੁਸੀਂ ਫੌਜੀ ਸੇਵਾਦਾਰਨੀ ਦੀ ਟ੍ਰੇਨਿੰਗ ਕਿਉਂ ਲੈ ਰਹੇ ਹੋ ਤੁਸੀਂ ਇਹ ਗੱਲ ਅੱਜ ਨਾ ਪੁੱਛੋ ਕਦੇ ਫੇਰ ਦੱਸਾਂਗੀ ਜੇ ਮੈਂ ਭੁੱਲਦਾ ਨਹੀਂ ਤਾਂ ਤੁਸਾਂ ਸ਼ੁਰੂ ਜ਼ਿੰਦਗੀ ਵਿੱਚ ਕੋਈ ਨਾ ਕੋਈ ਹਾਰ ਵੇਖੀ ਹੈ ਬਿਲਕੁਲ ਠੀਕ ਹੈ ਕੀ ਤੁਸੀਂ ਆਪਣੇ ਬਾਰੇ ਥੋੜੀ ਵਾਕਫੀ ਦੇ ਸਕਦੇ ਹੋ ਮੈਨੂੰ ਤੁਹਾਡੇ ਨਾਲ ਹਮਦਰਦੀ ਹੈ ਏ ਠੀਕ ਹੈ ਮੈਂ ਤੁਹਾਨੂੰ ਸਭ ਕੁਝ ਦੱਸ ਸਕਦੀ ਹਾਂ ਪਰ ਥੋੜਾ ਅੜਕ ਗਏ ਦੂਜਾ ਸ਼ਾਇਰ ਦੁਨੀਆ ਦੇ ਦੁੱਖ ਸੁੱਖ ਨੂੰ ਆਪਣੀ ਕਲਪਨਾ ਵਿੱਚ ਲਿਆ ਕੇ ਆਪਣੇ ਆਪ ਇੱਕ ਆਨੰਦਮਾਨ ਦਾ ਹੈ ਉਸ ਨੂੰ ਜਿਉਂਦੇ ਪਾਤਰਾਂ ਨਾਲ ਕੋਈ ਹਮਦਰਦੀ ਨਹੀਂ ਹੁੰਦੀ ਮੇਰੇ ਦਿਲ ਨੂੰ ਕਾਫੀ ਸੱਟ ਵੱਜੀ ਕਿਉਂਕਿ ਪਾਲ ਨੇ ਇੱਕ ਗੁੱਜੀ ਰਾਮ ਜੀ ਸ਼ਾਇਰ ਦੇ ਨਾ ਹੀਠੋਂ ਕੱਢ ਮਰੀ ਤੁਸੀਂ ਭੁੱਲਦੇ ਹੋ ਜੀ ਕਈ ਘਟਨਾਵਾਂ ਵਿੱਚ ਕਵੀ ਅਤੇ ਲਿਖਾਰੀ ਬਿਲਕੁਲ ਪਿਗਲ ਜਾਂਦੇ ਹਨ ਮੇਰੇ ਬਾਰੇ ਇਹ ਗਲਤ ਖਿਆਲ ਦਿਨੋਂ ਕੱਢ ਦੇਵੋ ਮੈਨੂੰ ਤੁਹਾਡੇ ਨਾਲ ਸੱਚੀ ਹਮਦਰਦੀ ਹੈ ਇਹ ਬੜੀ ਚੰਗੀ ਗੱਲ ਹੈ ਖਾਸ ਕਰਕੇ ਮੇਰੇ ਵਾਸਤੇ ਮੈਂ ਕਿਤੇ ਪੜਿਆ ਕਰਦੀ ਸੀ ਕਿ ਚੜਦੀ ਜਵਾਨੀ ਆਪਣਾ ਹਰ ਕੰਮ ਸੱਚੇ ਦਿਲੋਂ ਆਰੰਭ ਕਰਦੀ ਹੈ ਪਰ ਸਮਾਜ ਨੇ ਮੈਨੂੰ ਬਹੁਤਾ ਬੁਰਾ ਸਬਕ ਸਿਖਾਇਆ ਹੈ ਜਵਾਨੀ ਬੜੇ ਜਵਾਨੀ ਭੜੇ ਸਮਾਜ ਤੇ ਕਾਨੂੰਨ ਨਾਲ ਸਦਾ ਟੱਕਰ ਲੈਂਦੀ ਆਈ ਹੈ ਮਾਇੂਸ ਹੋਣ ਦੀ ਲੋੜ ਨਹੀਂ ਜੀਵਨ ਦਾ ਪੜਾ ਹਲੇ ਕਾਫੀ ਦੂਰ ਹੈ ਉਸ ਦਾ ਚਿਹਰਾ ਕੁਝ ਚਮਕਾਇਆ ਜਾਂ ਕਿਸੇ ਨਵੀਂ ਆਸ ਨੇ ਉਦਾਸ ਜੀਵਨ ਨੂੰ ਖੇੜਾ ਦੇ ਦਿੱਤਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਜਵਾਨੀ ਚੋਂ ਜਾਜ ਬੇਮੁਖ ਜਾਣ ਉਸ ਬੁੱਲਾਂ ਤੇ ਜੀ ਫੇਰਦਿਆਂ ਕਿਹਾ ਮੈਂ ਜ਼ਿੰਦਗੀ ਦਾ ਕੁਝ ਨਹੀਂ ਵੇਖਿਆ ਮੇਰਾ ਦਿਲ ਵਿੱਚ ਕੋਈ ਉਤਸ਼ਾਹ ਨਹੀਂ ਜ਼ਿੰਦਗੀ ਦਾ ਜ਼ਰੂਰ ਕੋਈ ਅਦਾਰਸ਼ ਬਣਾਵੋ ਕਿਉਂਕਿ ਆਪਣੀ ਮੰਜ਼ਲ ਦੀ ਸੇਧ ਤੁਰਨਾ ਹੀ ਆਨੰਦ ਦੇ ਸਕਦਾ ਹੈ ਜੇ ਮੈਂ ਤੁਹਾਡੇ ਨਾਲ ਆਪਣਾ ਮੁਕਾਬਲਾ ਕਰਾਂ ਤੁਸੀਂ ਤਦ ਤੁਸੀਂ ਮੈਥੋਂ ਕੋਈ ਮੰਜ਼ਲ ਅੱਗੇ ਦੱਸਦੇ ਹੋ ਅੱਗੇ ਪਿੱਛੇ ਦਾ ਖਿਆਲ ਕੋਈ ਨਹੀਂ ਮੈਂ ਤੁਹਾਨੂੰ ਖਲੋ ਕੇ ਉਡੀਕ ਵੀ ਸਕਦਾ ਹਾਂ ਪਰ ਇਸ ਤਰ੍ਹਾਂ ਤੁਹਾਡੇ ਮਨ ਦੀ ਕਮਜ਼ੋਰੀ ਜ਼ਾਹਰ ਹੋਵੇਗੀ ਕਿਉਂ ਨਹੀਂ ਤੁਸੀਂ ਉਹਨਾਂ ਸਫਰ ਭੱਜ ਕੇ ਮਕਾਉਂਦੇ ਜਿੰਨੇ ਦੀ ਵਿੱਥ ਹੈ ਉਸ ਦੀ ਗੱਡੀ ਆ ਗਈ ਸਾਡੇ ਖਿਆਲਾਂ ਦੀ ਲੜੀ ਵੀ ਟੁੱਟ ਗਈ ਪਰ ਉਹ ਮੇਰੇ ਵੱਲ ਵੇਖ ਕੇ ਮੁਸਕराई ਉਸ ਦਾ ਪ੍ਰਸੰਨ ਚਿਹਰਾ ਦੱਸਦਾ ਸੀ ਕਿ ਉਸ ਦੇ ਦਿਲ ਵਿੱਚ ਮੇਰੇ ਲਈ ਕਾਫੀ ਸਤਿਕਾਰ ਹੈ ਸામਨੇ ਡੱਬੇ ਵਿੱਚ ਉਹ ਉੱਠ ਕੇ ਜਾ ਬੈਠੀ ਤੇ ਬਾਰੀ ਵਿੱਚ ਦੀ ਮੂੰਹ ਕੱਢ ਕੇ ਮੇਰੇ ਵੱਲ ਵੇਖਦੀ ਰਹੀ ਮੈਂ ਧਿਆਨ ਨਾਲ ਉਸ ਦੀਆਂ ਅੱਖਾਂ ਨਵੀਂ ਵਾਕਫੀ ਤੇ ਸਜਣ ਜਿदाई ਦੇ ਦੋ ਨਿਹਾਰੇ ਪਰਛਾਵੇਂ ਵੇਖੇ ਪਾਲ ਆਪਣੀਆਂ ਸੋਭੇ ਸ਼ਾਵਾਂ ਦੀ ਪੇਂਟ ਵਜੋਂ ਫੇਰ ਮੁਸਕराई ਉਸ ਦੇ ਮੁਸਕਰਾਣ ਵਿੱਚ ਮੇਰੀ ਸੁਰਤ ਜਿਹੀ ਟਿਕਾਣੀ ਨਹੀਂ ਸੀ ਰਿੰਦੀ ਉਸ ਦਾ ਪ੍ਰਸੰਨ ਚਿਹਰਾ ਸ਼ਕਤੀ ਦਾ ਸਦਾ ਬਹਾਰ ਫੁੱਲ ਜਾਪਦਾ ਸੀ ਉਹ ਬਹੁਤ ਕੁਝ ਸੀ ਕਿਉਂਕਿ ਉਹ ਇੱਕ ਸ਼ਾਇਰ ਦੀ ਮੱਜ ਵਿੱਚ ਆਈ ਨਵ ਪ੍ਰੀਆ ਸੀ ਉਸ ਮੇਰੇ ਦਿਲ ਤੇ ਇੱਕ ਜਾਦੂ ਜਿਹਾ ਕਰ ਦਿੱਤਾ ਕੁਝ ਇਓਂ ਵੀ ਜਾਪਦਾ ਸੀ ਜਿਉਂ ਦਿਲ ਵਿੱਚ ਕੋਈ ਦੇਵੀ ਮਿਠਾਸ ਆ ਗਈ ਸੀ ਦਿਲ ਉਹੀ ਸੀ ਪਰ ਚਾ ਕੁਝ ਨਵੇਂ ਉੱਠ ਰਹੇ ਸਨ ਬੂਟੇ ਉਹੀ ਸਨ ਪਰ ਬਹਾਰ ਕਣੀਆਂ ਉਹਨਾਂ ਨੂੰ ਸ਼ਰਾਬੀ ਕਰ ਗਈਆਂ ਸਨ ਮੈਂ ਉਸ ਦੇ ਕੋਲ ਹੀ ਪਲੇਟਫਾਰਮ ਤੇ ਫਿਰ ਰਿਹਾ ਸਾਂ ਉਸ ਉਸ ਦੇ ਡੱਬੇ ਤੋਂ ਦੂਰ ਵੀ ਨਹੀਂ ਸਨ ਜਾਂਦਾ ਜਿਵੇਂ ਉਹ ਮੇਰੇ ਆਦਰਸ਼ ਬਣ ਗਈ ਸੀ ਉਸ ਨੂੰ ਆਪਣੇ ਖਿਆਲਾਂ ਵਿੱਚ ਅਨੁਭਵ ਕਰਕੇ ਆਪ ਹੀ ਕੀਵਾਸਾਂ ਮੈਂ ਪਾਲ ਅੱਗੇ ਪਹਿਲੋਂ ਵੀ ਜਾਣ ਲਈ ਬੇਨਤੀ ਕੀਤੀ ਸੀ ਪਰ ਉਹ ਚਾਹੁੰਦੀ ਸੀ ਕਿ ਮੈਂ ਉਸ ਨੂੰ ਤੋੜ ਕੇ ਹੀ ਜਾਵਾਂ ਇੱਕ ਸੋਹਣੀ ਕੁੜੀ ਜਵਾਨ ਮੁੰਡੇ ਨੂੰ ਕੁਝ ਕਹੇ ਤੇ ਉਹ ਫੇਰ ਨਾ ਮੰਨੇ ਅਤੀਤ ਸੰਭਵ ਇੱਕ ਕਾਲੀ ਵਰਦੀ ਵਾਲੇ ਮੋٹے ਤੇ ਮਦਰੇ ਜਿਹੇ ਆਦਮੀ ਨੇ ਸੀਟੀ ਵਜਾਈ ਤੇ ਨਾਲ ਹੀ ਹਰੀ ਝੰਡੀ ਹਲਾਈ ਸਾਡੀਆਂ ਅੱਖਾਂ ਵੀ ਮੁਸਕਾਨ ਵਿੱਚ ਚਮਕੀਆਂ ਉਹਨਾਂ ਵਿੱਚ ਇਸ ਮਿਲਣੀ ਦਾ ਨਵਾਂ ਚਾਅ ਤੇ ਫੇਰ ਮਿਲਣੀ ਦੀ ਆਸ ਤੜਫ ਰਹੀ ਸੀ ਗੱਡੀ ਹਿੱਲਣ ਨਾਲ ਸਾਡੇ ਦਿਲ ਵੀ ਹਿਲੇ ਗੱਡੀ ਪਲੇਟਫਾਰਮ ਛੱਡ ਗਈ ਪਰ ਉਸ ਦਾ ਮੂੰਹ ਤਾਂ ਕੀ ਵਿੱਚੋਂ ਦੀ ਬਾਹਰ ਮੈਨੂੰ ਥੰਮ ਵਾਂਗ ਖਲੋਤੇ ਨੂੰ ਵੇਖ ਰਿਹਾ ਸੀ ਉਸ ਦੇ ਗੋਰੇ ਮੁੱਖ ਨੂੰ ਇੱਕ ਕਾਲੀ ਲਟ ਚੁੰਮ ਰਹੀ ਸੀ ਮੈਂ ਹਲੇ ਵੀ ਖਲੋਤਾ ਵੇਖੀ ਜਾ ਰਿਹਾ ਸਾਂ ਮੈਂ ਹੱਥ ਉਠਾ ਕੇ ਹਿਲਾਇਆ ਅਖੀਰ ਗੱਡੀ ਲਾਈਨ ਬਦਲ ਗਈ ਅਤੇ ਉਸ ਦਾ ਗੋਰਾ ਮੂੰਹ ਮੇਰੀਆਂ ਨਜ਼ਰਾਂ ਤੋਂ ਲੇ ਹੋ ਗਿਆ ਐਉਂ ਜਾਪਦਾ ਏ ਜਿਵੇਂ ਇਹ ਕੱਲ ਦੀ ਗੱਲ ਹੋਵੇ ਗੱਡੀ ਮੇਰੇ ਅਨੁਭਵ ਵਿੱਚ ਹਲੇ ਵੀ ਚੱਲੀ ਜਾ ਰਹੀ ਹੈ ਉਹ ਲਾਈਨ ਬਦਲ ਜਾਂਦੀ ਹੈ ਤੇ ਮੈਂ ਉਦਾਸ ਹੋ ਜਾਂਦਾ ਹਾਂ ਕਾਂਡ ਨੰਬਰ 2 ਮੇਰਾ ਦਿਲ ਕੁਦਰਤੀ ਹਰਿਆਵਲ ਦਾ ਆਸ਼ਿਕ ਤੇ ਫੁੱਲਾਂ ਦਾ ਪੁਜਾਰੀ ਹੋ ਚੁੱਕਾ ਸੀ ਹੋਰ ਕਿਸੇ ਬਗੀਚੀਆਂ ਵਿੱਚ ਜਾਣ ਦੀ ਥਾਂ ਮੈਂ ਆਪਣਾ ਛੋਟਾ ਜਿਹਾ ਬਗੀਚਾ ਤਿਆਰ ਕਰ ਰਿਹਾ ਸਾਂ ਦੁਆਲੇ ਗੁਲਾਬ ਤੇ ਤ੍ਰੇਕਾਂ ਦੇ ਬੂਟੇ ਲਾਏ ਹੋਏ ਸਨ ਗੁਲਾਬ ਖਿੜਨ ਤੇ ਆਏ ਹੋਏ ਸੀ ਜਿਹੜੇ ਬੂਟੇ ਆਪਣੇ ਹੱਥੀਂ ਲਾਏ ਫਾਲ ਤੇ ਫੁੱਲ ਦਿੰਦੇ ਹਨ ਉਹ ਡਾਡੇ ਪਿਆਰੇ ਲੱਗਦੇ ਹਨ ਬੂਟੇ ਆਪਣੀ ਮਿਹਨਤ ਨਾਲੋਂ ਕਈ ਗੁਣਾ ਵਧੇਰੀ ਪ੍ਰਸੰਨਤਾ ਦਿੰਦੇ ਹਨ ਕੁਦਰਤ ਨਾਲ ਆਪਾਂ ਇੱਕ ਕਰਨੀ ਮਨੁੱਖ ਨੂੰ ਜ਼ਰੂਰ ਫੁੱਲਾਂ ਨਾਲ ਪਿਆਰ ਪਾਉਣਾ ਚਾਹੀਦਾ ਹੈ ਮੈਂ ਆਪਣੀ ਰੂਹ ਦਾ অতি ਸੁੰਦਰ ਟਿਕਾਣਾ ਆਪਣਾ ਪੁੰਗਰ ਰਿਹਾ ਬਾਗੀਚਾ ਹੀ ਸਮਝਦਾ ਸਾਂ ਐਸਲੀ ਘਟ ਤੋਂ ਘਟ ਦੋ ਵਾਰੀ ਦਿਹਾੜੀ ਵਿੱਚ ਉਸ ਦੀ ਯਾਤਰਾ ਲਈ ਮਜਬੂਰ ਸਾਂ ਗੁਲਾਬ ਦੀਆਂ ਕਿਆਰੀਆਂ ਵਿੱਚ ਪਾਣੀ ਦੀ ਬਹੁਤਾ ਕਰਕੇ ਘਾਹ ਬਹੁਤ ਹੋ ਗਿਆ ਸੀ ਤਕਰੀਬਨ ਗੁਲਾਬ ਜਿੰਨਾ ਉੱਚਾ ਘਾਹ ਮੈਂ ਦਾਤੀ ਦੇ ਤਿੱਖੇ ਤੇ ਖਰਵੇਂ ਦੰਦਿਆਂ ਨਾਲ ਖਿੱਚ ਰਿਹਾ ਸਾਂ ਇੱਕ ਤਕੜਾ ਥੱਬਾ ਬਾਹਰ ਕੱਢ ਲਿਆ ਸੀ ਉਸ ਸਵੇਰੇ ਮੇਰੇ ਦੋਸਤ ਸਤਨਾਮ ਆ ਗਿਆ ਮੈਨੂੰ ਨੀਵੀਂ ਪਾਈ ਆਪਣੀ ਧੁਣ ਵਿੱਚ ਮਸਤ ਵੇਖ ਵਾਰਡ ਦੇ ਵਾਰ ਤੇ ਪਰਲੇ ਬਣੇ ਹੀ ਮੁਸਕਰਾਉਂਦਾ ਰਿਹਾ ਮੇਰੇ ਲਈ ਸਤਨਾਮ ਦਾ ਚਿਹਰਾ ਇੱਕ ਸਦਾ ਸਜਰਾ ਫੁੱਲ ਸੀ ਜਿਸ ਨੂੰ ਵੇਖ-ਵੇਖ ਮੁਸਕਰਾਉਂਦਾ ਮੈਂ ਥੱਕਦਾ ਨਹੀਂ ਸੀ ਉਹ ਪ੍ਰਸੰਨਤਾ ਵਿੱਚ ਗਵਾਚਿਆ ਰਹਿੰਦਾ ਸੀ ਇਹ ਉਸ ਦੇ ਸੁਭਾਅ ਦੀ ਇੱਕ ਚੰਗੀ ਸਿਫਤ ਸੀ ਦਾਤੀ ਦੇ ਦੰਦੇ ਹੱਥ ਵਿੱਚ ਫਿਰ ਜਾਣਗੇ ਥੋੜਾ ਹੌਲੀ ਮੈਂ ਸਿਰ ਉਤਾਣ ਚੁੱਕਿਆ ਸਤਨਾਮ ਦਾ ਚਿਹਰਾ ਚਮਕ ਰਿਹਾ ਸੀ ਆਓ ਅੰਦਰ ਲੰਘ ਆਓ ਉਸ ਵਟ ਤੋਂ ਦੀ ਹੋ ਕੇ ਸਤਨਾਮ ਆਪਣੀ ਤੋਤੀ ਤੇਈ ਕੰਨੀ ਫੜੀ ਅੰਦਰ ਆਇਆ ਇੱਕ ਗੁਲਾਬ ਦੀ ਟਾਣੀ ਨਾਲ ਉਸਦੀ ਤੋਤੀ ਦਾ ਦੂਜਾ ਲੜ ਅੜ ਗਿਆ ਤੇ ਮੈਂ ਹੱਸਦਿਆਂ ਕਿਹਾ ਜਦ ਬੂਟੇ ਤੁਹਾਡੇ ਪ੍ਰੇਮ ਲਈ ਇੰਨੀ ਖੇਚ ਰੱਖਦੇ ਹਨ ਫੇਰ ਬੰਦਿਆਂ ਦਾ ਕੀ ਕਹਿਣਾ ਹੈ ਇਹਨਾਂ ਮੇਰੀ ਤੋਤੀ ਪਾੜ ਦਿੱਤੀ ਹੈ ਇਹ ਅੱਗੋਂ ਪ੍ਰੇਮ ਖੇਚਣ ਦੱਸਦਾ ਹੈ ਮੈਂ ਇੱਕ ਗੁਲਾਬ ਦਾ ਫੁੱਲ ਤੋੜਿਆ ਸਤਨਾਮ ਪ੍ਰੇਮ ਖਿਚਾਂ ਸੁਭਾਗਾਂ ਲਈ ਹੁੰਦੀਆਂ ਹਨ ਮੇਰਾ ਕਿਉਂ ਨਾ ਇਹਨਾਂ ਪੱਲਾ ਫੜ ਲਿਆ ਖਾਸ ਕਰ ਹਸੀਨ ਰਈਆਂ ਨੂੰ ਤਾਂ ਇਹ ਵਾਲ-ਵਾਲ ਖਿਲਾਰਦੇ ਹਨ ਲੈ ਫੜ ਇਹ ਗੁਲਾਬ ਤੇਰੇ ਮੂੰਹ ਨਾਲ ਕਿੰਨਾ ਮਿਲਦਾ ਹੈ ਜਦ ਤੇਰੇ ਪੱਲੇ ਫੜ ਨੂੰ ਪ੍ਰਿਤਪਾਲ ਵਰਗੀਆਂ ਕੋਮਲ ਕਲੀਆਂ ਹਨ ਤੂੰ ਕਦੋਂ ਝਾੜੀਆਂ ਚਲੀੜੇ ਪੜਾਉਂਦਾ ਏ ਉਸ ਦੇ ਨਾਲ ਮੈਂ ਹੱਸ ਪਿਆ ਜੇ ਦੋ ਰਈਆਂ ਨੇ ਜੀਵਨ ਭਾਵਾਂ ਨੂੰ ਵਟਾਲਿਆ ਤਾਂ ਕੀ ਅਖੀਰ ਆ ਗਈ ਬਸ ਇਹੀ ਕੋ ਮੁਹੱਬਤਾ ਮੁਹੱਬਤ ਦਾ ਮਹਿਲ ਉਸਾਰਨੀ ਬਣਿਆ ਦੀ ਪੱਥਰ ਰੱਖ ਦਿੱਤਾ ਗਿਆ ਤੂੰ ਯਾਰ ਯਕੀਨ ਕਰ ਇਸ ਗੱਲ ਤੇ ਯਕੀਨ ਨਹੀਂ ਹੁੰਦਾ ਕਿ ਏਕਮ ਦਾ ਚੰਨ ਆ ਪ੍ਰਭਾਵ ਹੁੰਦਾ ਹੈ ਦੂਜ ਵਾਲੇ ਦਿਨ ਸਾਫ ਪੱਛਮੀ ਦੁਮੇਲ ਤੋਂ ਥੋੜਾ ਉੱਚਾ ਦਿਸ ਪੈਂਦਾ ਹੈ ਆਖਰ ਆਪਣੀ ਪੂਰਨਤਾ ਪੂਰਨਤਾ ਨੂੰ ਪਹੁੰਚ ਜਾਂਦਾ ਹੈ ਕੋਈ ਚੀਜ਼ ਇੱਕਦਮ ਹੀ ਜਵਾਨੀ ਵਿੱਚ ਨਹੀਂ ਪ੍ਰਗਟ ਹੁੰਦੀ ਫੇਰ ਮਹਾਰਾਜ ਤੁਸੀਂ ਤੇ ਗਿਆਨੀ ਹੋ ਜੇ ਕਿਸੇ ਜਵਾਨ ਹਿਰਦੇ ਵਿੱਚ ਪਿਆਰ ਵੀ ਆ ਜਾਵੇ ਏ ਕੋਈ ਬੁਰੀ ਗੱਲ ਨਹੀਂ ਸਗੋ ਜਵਾਨ ਹਿਰਦੇ ਹੁੰਦੇ ਹੀ ਪਿਆਰ ਕਰਨੇ ਤੇ ਹੁਣ ਪ੍ਰਿਤਪਾਲ ਨੇ ਆਪਣੇ ਗੁਰੂ ਤੋਂ ਭਗਤੀ ਤੇ ਗਿਆਨ ਵਿਦਿਆ ਲਈ ਬਿਨਾ ਕਿਤੇ ਨਹੀਂ ਜਾਣਾ ਦੇਖ ਸਤਨਾਮ ਭਗਤੀ ਨਾਮ ਪ੍ਰੀਤੀ ਦਾ ਹੈ ਤੇ ਤੇ ਮੇਰਾ ਖਿਆਲ ਹੈ ਪ੍ਰਿਤਪਾਲ ਦੀ ਪ੍ਰੀਤੀ ਦਾ ਤੁਸੀਂ ਮੇਰੀ ਗੱਲ ਤੇ ਸੁਣ ਲਵੋ ਵਿੱਚ ਹੀ ਆਵਾਜ਼ਾਂ ਦੇਣ ਲੱਗ ਪੈਂਦੇ ਹੋ ਅੱਛਾ ਕਹੋ ਉਸਨੇ ਮੁਸਕਰਾਦਿਆਂ ਬੁੱਲਾਂ ਤੋਂ ਦੀ ਜੀ ਫੇਰੀ ਜੀਵ ਤੇ ਬੁੱਲਾਂ ਦੀ ਆਰਗਵਨੀ ਰੰਗ ਨਾਲ ਸੂਹਿ ਗੁਲਾਬ ਦੀ ਸੋਭ ਹੋਰ ਵੀ ਵੱਧ ਗਈ ਭਗਤੀ ਤੇ ਪ੍ਰੇਮ ਤਾਂ ਇੱਕੋ ਅਰਥ ਤੇ ਦੋ ਸ਼ਬਦ ਹਨ ਅਤੇ ਗਿਆਨ ਪ੍ਰਭੂ ਪਿਆਰ ਸੱਤਾ ਦਾ ਜਨਾਈਕ ਕੀ ਪਾਲ ਵਿੱਚ ਹੀ ਪ੍ਰਭੂ ਪ੍ਰਕਾਸ਼ ਹੈ ਮੇਰੇ ਜਾਂ ਹੋਰ ਕਿਸੇ ਵਿੱਚ ਨਹੀਂ ਮੈਂ ਤੈਨੂੰ ਪਿਆਰ ਕਰਦਾ ਹਾਂ ਫੇਰ ਦੂਜਿਆਂ ਨੂੰ ਕਿਉਂ ਨਹੀਂ ਕਰਦੇ ਸੋ ਨੂੰ ਸਾਰਿਆਂ ਨਾਲ ਮਿੱਤਰਤਾ ਨਹੀਂ ਹੋ ਸਕਦੀ ਸਾਰਿਆਂ ਲਈ ਮਿੱਤਰ ਭਾਵ ਅੰਦਰ ਪੈਦਾ ਹੋ ਸਕਦੇ ਹਨ ਚੰਗੀ ਮਿੱਤਰਤਾ ਇੱਕ ਕਾਲ ਵਿੱਚ ਕੇਵਲ ਇੱਕ ਹੀ ਨਾਲ ਹੋ ਸਕਦੀ ਹੈ ਫਿਰ ਉਹਨਾਂ ਦੋਹਾਂ ਵਿੱਚ ਵੀ ਪਿਆਰ ਮਿੱਤਰਤਾ ਇਸ ਗੱਲ ਤੇ ਕਾਇਮ रह ਸਕਦੀ ਹੈ ਕਿ ਉਹਨਾਂ ਦੇ ਗੁਣ ਸਮਾਨ ਹੋਣ ਗੁਣਾ ਦੇ ਵਾਦਾ ਘਾਟ ਵਿੱਚ ਵੀ ਕੀਤੀ ਹਰ ਗੱਲ ਹਿਰਦੇ ਵਿੱਚ ਸਮਾ ਨਹੀਂ ਸਕਦੀ ਪ੍ਰਿਤਪਾਲ ਦੇ ਹਿਰਦੇ ਵਿੱਚ ਮੈਨੂੰ ਚੰਗੇ ਗੁਣਾ ਦਾ ਪ੍ਰਕਾਸ਼ ਦਿਸਦਾ ਹੈ ਜੇਕਰ ਮੇਰੀ ਕੋਈ ਕਾਮਨਾ ਪਾਲ ਨੂੰ ਪਿਆਰ ਕਰਦੀ ਹੈ ਤਾਂ ਪ੍ਰਭੂ ਚਰੋਖੇ ਚੋਂ ਲੰਗੇ ਬਿਨਾਂ ਉਸ ਦੀ ਆਤਮਾ ਤੱਕ ਨਹੀਂ ਪਹੁੰਚਦੀ ਇੱਕ ਮਿੱਤਰ ਨੂੰ ਇਸ ਗੱਲ ਤੇ ਵਿਸ਼ਵਾਸ ਸੱਚੇ ਮਿੱਤਰ ਜਿੰਨਾ ਹੀ ਕਰਨਾ ਚਾਹੀਦਾ ਹੈ ਇਸ ਗੱਲ ਦਾ ਮੈਨੂੰ ਪੂਰਨ ਗਿਆਨ ਹੈ ਕਿ ਤੁਸੀਂ ਆਪਣੀ ਦਲੀਲ ਨਾਲ ਹਰ ਇੱਕ ਨੂੰ ਆਪਣੇ ਮਗਰ ਲਾ ਲੈਂਦੇ ਹੋ ਕਿ ਤੁਸੀਂ ਬਹੁਤਾ ਇਸੇ ਲਈ ਪੜਿਆ ਤੇ ਵਿਚਾਰਿਆ ਹੈ ਕਿ ਨਿੱਕੀਆਂ ਆਵਾਜ਼ਾਂ ਨੂੰ ਹੜੱਪ ਕਰ ਲਿਆ ਜਾਵੇ ਜਿਹੜੇ ਦੂਜਿਆਂ ਦੀਆਂ ਜ਼ਮੀਰਾਂ ਨੂੰ ਗੁਲਾਮ ਬਣਾਉਣ ਲਈ ਫਲਸਫਾ ਹਾਸਲ ਕਰਦੇ ਹਨ ਉਹ ਵੱਡੇ ਗੁਨਾਹੀ ਹਨ ਦੁਨੀਆ ਦੀਆਂ ਨਜ਼ਰਾਂ ਵਿੱਚ ਉਹ ਇੱਕ ਮਸ਼ਹੂਰ ਫਲਸਫੇਰ ਜਾਂ ਗਿਆਨੀ ਹੋ ਸਕਦੇ ਹਨ ਪਰ ਅੰਦਰ ਯਕੀਨਨ ਉਹ ਇੱਕ ਨਸੂਰ ਨੂੰ ਪਲ-ਪਲ ਵਧਾਉਂਦੇ ਹਨ ਮੇਰੇ ਗੁਰੂਦੇਵ ਨੇ ਇਸ ਗੱਲ ਤੋਂ ਬਚਣ ਲਈ ਕਰੜੀ ਚੇਤਾਵਨੀ ਕੀਤੀ ਹੋਈ ਹੈ ਤੁਸੀਂ ਮੇਰੀਆਂ ਗੱਲਾਂ ਤੇ ਵਿਸ਼ਵਾਸ ਕਰੋ ਅਸੀਂ ਦੋਵੇਂ ਇੱਕ ਖਾਲ ਵਿੱਚ ਵਟ ਦਾ ਸਰਾਣਾ ਲੈ ਕੇ ਪੈ ਗਏ ਸਾਡੇ ਪਿਛਲੇ ਪਾਸੇ ਬਰਸੇਮ ਸਾਰੇ ਖੇਤ ਨੂੰ ਢੱਕੀ ਖਲੋਤੀ ਸੀ ਪੂਰੇ ਦੀ ਠੰਡੀ ਹਵਾ ਬਰਸੇਮ ਦਾ ਵਿਚ ਵਿਚ ਖੇਤਾਂ ਨੂੰ ਚੁੰਮਣਾ ਕੁਦਰਤ ਦਾ ਕੀਵੇ ਭਾਵ ਇੱਕ ਝੁਕ ਝੁਕ ਨੇਤ ਕਰਨਾ ਸੀ ਟਾਲੀ ਦੀ ਛਾਵੇਂ ਜਿੱਥੇ ਅਸੀਂ ਪਏ ਸਾ ਇੱਕ ਕੁਗੀ ਆਪਣਾ ਗਲਾ ਫਲਾ ਆੜੂ ਦੇ ਬੂਟੇ ਤੇ ਕੂੰ ਕੂੰ ਗਾ ਰਹੀ ਸੀ ਜਿਸ ਤੋਂ ਪ੍ਰਭਾਵਿਤ ਹੋ ਕੇ ਸਤਨਾਮ ਨੇ ਕਿਹਾ ਇਸ ਦੀ ਅਵਾਇ ਕਿੰਨੀ ਮਿੱਠੀ ਹੈ ਸਾਡੇ ਅੰਦਰ ਇਸ ਤੋਂ ਕਿਤੇ ਵੱਡੀ ਮਹਾਮੁਦਰ ਸ਼ਕਤੀ ਹੈ ਜੈਸ ਨਾਲ ਟਕਰਾ ਕੇ ਅਜਿਹਾਂ ਆਵਾਜ਼ਾਂ ਮਿਠਾਸ ਮਿਠਾਸ ਉਹ ਡਗਦੀਆਂ ਹਨ ਤੁਸੀਂ ਹਰ ਗੱਲ ਨੂੰ ਅੰਦਰ ਅੰਦਰ ਲੈ ਜਾਂਦੇ ਹੋ ਕੀ ਹੈ ਤੁਹਾਡੇ ਅੰਦਰ ਸਤਨਾਮ ਨੇ ਖਿੱਚ ਕੇ ਕਿਹਾ ਮੇਰੇ ਰਾਹ ਚੱਲਣ ਵਾਲਿਆਂ ਲਈ ਸਭ ਕੁਝ ਅੰਦਰ ਹੀ ਹੈ ਬਾਹਰ ਕੁਝ ਵੀ ਨਹੀਂ ਇਹ ਸੰਸਾਰ ਤੇ ਇਸ ਵਰਗੇ ਹਜ਼ਾਰਾਂ ਦ੍ਰਿਸ਼ ਅੰਦਰੇ ਚਿੱਤਰੇ ਪਏ ਹਨ ਤੈਨੂੰ ਇੰਨੀਆਂ ਨਕਮੀਆਂ ਜਿਹੀਆਂ ਗੱਲਾਂ ਵਿੱਚ ਕੀ ਸਵਾਦ ਆਉਂਦਾ ਹੈ ਭਲਾ ਇੱਕ ਗਿੱਠੇ ਹਿਰਦੇ ਵਿੱਚ ਹੀ ਕੀ ਕੋਈ ਸਮਾ ਸਕਦਾ ਹੈ ਸਤਨਾਮ ਇਸ ਛੋਟੇ ਹਿਰਦੇ ਨੂੰ ਮਹਾਸ਼ਕਤੀ ਦਾ ਆਕਾਰ ਸਮਝ ਉਸ ਦੀ ਹੀ ਕ੍ਰਿਤਮਨ ਤੁਹਾਡੇ ਦਵਾਲੇ ਨੂੰ ਮੁਸਕਰਾਉਂਦੀ ਰਹੀ ਹੈ ਤੇਰੇ ਲਈ ਇਹ ਹੈਰਾਨੀ ਹੈ ਪਰ ਮੇਰੇ ਲਈ ਪੂਰਨ ਅਮਰਤ ਸਦੀ ਤੇ ਆਨੰਦ ਹੀ ਆਨੰਦ ਹੈ ਮੈਂ ਇਸ ਆਨੰਦ ਤੇ ਐਵੇਂ ਹੀ ਚੰਗਾ ਹਾਂ ਹੁਣ ਮਤਲਬ ਦੀ ਗੱਲ ਵਾਲਾ ਦੱਸੋ ਕਿਹੜੀ ਗੱਲ ਉਹ ਜਿਵੇਂ ਪਤਾ ਹੀ ਨਹੀਂ ਹੁੰਦਾ ਉਹ ਸਦਾ ਹਸੂ ਹਸੂ ਕਰਦੀ ਸੰਤਾਂਤਰ ਕਲੀ ਦੋਸਤ ਕਦੇ ਕਿਸੇ ਨੂੰ ਘਟਵੇਂ ਸ਼ਬਦਾਂ ਨਾਲ ਯਾਦ ਕਰਨਾ ਆਪਣੀ ਸਦਾਚਾਰ ਨੂੰ ਜ਼ਖਮੀ ਕਰਨਾ ਏ ਕਿਸੇ ਦੀ ਗੈਰ ਹਾਜ਼ਰੀ ਤੇ ਕਦੇ ਅਜਿਹਾ ਫਾਇਦਾ ਨਾ ਉਠਾਓ ਮੈਂ ਉਸ ਨੂੰ ਬੁਰਾ ਨਹੀਂ ਕਿਹਾ ਤੁਹਾਨੂੰ ਪਤਾ ਹੈ ਇੱਕ ਸੱਜਣ ਵੀ ਸੱਜਣ ਹੁੰਦਾ ਹੈ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਉਸ ਦਾ ਨਹੀਂ ਮੇਰਾ ਤੇ ਉਸ ਪਿੱਛੋਂ ਆਪਣਾ ਹੀ અપਮਾਨ ਕੀਤਾ ਹੈ ਉਹ ਛੱਡ ਪਰਾਂ અપਮਾਨ ਨੂੰ ਗੱਲ ਕਰ ਤਲਵੰਡੀ ਕਦੋਂ ਚੱਲੀਏ ਮਾਤਾ ਗੁਰੂ ਦੇਵਤੇ ਪ੍ਰੇਮਕਾਂ ਨੂੰ ਜਿੰਨੀ ਵਾਰ ਮਿਲਿਆ ਜਾਵੇ ਥੋੜਾ ਹੈ ਮੇਰੇ ਵੱਲੋਂ ਤੇ ਅੱਜ ਸ਼ਾਮ ਨੂੰ ਹੀ ਚੱਲੋ ਕੀ ਪਾਲ ਤਲਵੰਡੀ ਹੀ ਹੈ ਹੋਰ ਪਟੂਆ ਤੈਨੂੰ ਲੈ ਕੇ ਕਾਦੇ ਲਈ ਜਾਣਾ ਹੈ ਤੇਰੇ ਸ਼ਬਦਾਂ ਵਿੱਚ ਮੇਰੀ ਪਾਲ ਨਾਲ ਵਾਕਿਫ ਇੱਕ ਸਦੀ ਜਨੀ ਵਿਥ ਰੱਖਦੀ ਹੈ ਸਾਫ਼ ਤੇ ਚਿੱਟੇ ਸ਼ਬਦਾਂ ਵਿੱਚ ਤੇਰੀ ਦ੍ਰਿਸ਼ਟੀ ਮੈਨੂੰ ਇੱਕ ਬਦਮਾਸ਼ ਵੇਖ ਰਹੀ ਹੈ ਤੂੰ ਨਹੀਂ ਜਾਣਦਾ ਕਿ ਪਾਲ ਇੱਕ ਅਨਮੋਲ ਹੀਰਾ ਹੈ ਮੇਰਾ ਦੋਸਤ ਵੀ ਕੋਹਿੰੂਰ ਹੈ ਉਹ ਵੇਗਾ ਪਰ ਜੇ ਤੇਰੀ ਨੀਤ ਮੇਰੇ ਬਾਬਤ ਸਾਫ਼ ਤੇ ਸੱਚੀ ਨਹੀਂ ਤਾਂ ਮੈਂ ਤੇਰੇ ਨਾਲ ਜਾਣਾ ਨਹੀਂ ਚਾਹੁੰਦਾ ਤੂੰ ਇਕੱਲਾ ਹੀ ਚਲਿਆ ਜਾ ਬਾਬਾ ਮੈਂ ਤੇਰਾ ਖਮੂਸ਼ ਪਰੋਕਾਰ ਹਾਂ ਬਸ ਹੋਰ ਅੱਗੇ ਮੈਥੋਂ ਕੁਝ ਨਾ ਪੁੱਛੀ ਚੰਗਾ ਚੱਲ ਤੂੰ ਮੈਂ ਤੈਨੂੰ ਤੇਰੇ ਘਰ ਹੀ ਆ ਕੇ ਮਿਲਦਾ ਹਾਂ ਸਤਨਾਮ ਚਲਿਆ ਗਿਆ ਮੈਂ ਕਿਆਰੀਆਂ ਵਿੱਚ ਪਾਲ ਲਈ ਕਈ ਗੁਲਾਬ ਦੇ ਫੁੱਲ ਤੋੜੇ ਕਈ ਪੂਰੇ ਖਿੜੇ ਤੇ ਕਈ ਅੱਧ ਖਿੜੇ ਸਾਰਿਆਂ ਨੂੰ ਰਮਾਲ ਵਿੱਚ ਲਪੇਟ ਦਾਤੀ ਚੁੱਕ ਕੇ ਮੈਂ ਵੀ ਘਰ ਨੂੰ ਤੁਰ ਪ ਤੁਰ ਆਇਆ ਘਰ ਆ ਕੇ ਪੰਪ ਵਿੱਚੋਂ ਪਾਣੀ ਕੱਢ ਕੇ ਨਹਾਉਣ ਲੱਗਾ ਅੰਗ-ਅੰਗ ਨੂੰ ਮਲਿਆ ਜਿਵੇਂ ਨਮਾਸ਼ਤੇ ਜਾਣਾ ਹੋਵੇ ਸਾਬਣ ਤੇਲ ਨਾਲ ਸਰੀਰ ਵਿੱਚ ਸੱਤਾ ਤੇ ਫੁਰਤੀ ਭਰ ਕੱਪੜਿਆਂ ਦੇ ਉਧਾਲੇ ਹੋਏ ਲਹਿਦਾਰ ਪਜਾਮਾ ਪਾਇਆ ਵਿਸ਼ੋਕੀ ਦੀ ਕਮੀਜ਼ ਨਾਲ ਪਿੰਡਾ ਸਜਾਇਆ ਕੇਸਾਂ ਵਿੱਚ ਕੰਗਾ ਫੇਰ ਲਸੂੜੀ ਪੱਗ ਟਿੱਕੀ ਰੱਖ ਕੇ ਬੰਨੀ ਚੰਗੀ ਤਰ੍ਹਾਂ ਸੱਜ ਕੇ ਮੈਂ ਸ਼ੀਸ਼ੇ ਸਾਹਮਣੇ ਆਇਆ ਮੈਂ ਸ਼ੀਸ਼ਾ ਬਹੁਤ ਘੱਟ ਵੇਖਦਾ ਸੀ ਕਿਉਂਕਿ ਮੈਂ ਕਿਤੇ ਪੜਿਆ ਸੀ ਕਿ ਸ਼ੀਸ਼ਾ ਬਹੁਤੀ ਵਾਰ ਮੁਖੜੇ ਦੀ ਆਬ ਖੋ ਲੈਂਦਾ ਹੈ ਪਰ ਉਸ ਵੇਲੇ ਮੇਰਾ ਅੰਦਰਲਾ ਕਹਿ ਰਿਹਾ ਸੀ ਕਿ ਮੈਂ ਅਜੇ ਹਾ ਸੋਨਾ ਕਦੇ ਬਹੁਤ ਘੱਟ ਹੋਇਆ ਹਾਂ ਮੈਨੂੰ ਉਸ ਉਸ ਵੇਲੇ ਖਿਆਲ ਆਇਆ ਸੁੰਦਰਤਾ ਤਾਂ ਅੰਦਰ ਹੈ ਇਹ ਲੀੜੇ ਹੁਸਨ ਨਹੀਂ ਵਧਾਉਂਦੇ ਫਿਰ ਇਹ ਵੇਲੇ-ਵੇਲੇ ਕਿਉਂ ਪ੍ਰਗਟ ਹੁੰਦਾ ਹੈ ਝਟਕ ਹੋਇਆ ਮੈਂ ਸਧਾਰਨ ਰੰਗ ਵਿੱਚ ਸਾਂ ਪਰ ਹੁਣ ਹੁਸਨ ਜਵਾਨੀ ਦੀਆਂ ਹੱਦਾਂ ਸਲਾਮ ਕਰਨ ਲਈ ਅੱਖ ਲੋਤੀਆਂ ਸਨ ਮੈਨੂੰ ਆਪਣੇ ਗੁਰੂਦੇਵ ਦਾ ਕਹਿਣਾ ਯਾਦ ਆਇਆ ਜਿਸ ਵੇਲੇ ਮਨੁੱਖ ਆਪਣੇ ਪਿਆਰ ਨੂੰ ਇਕਾਗਰ ਚਿਤ ਯਾਦ ਕਰਦਾ ਹੈ ਉਸ ਵੇਲੇ ਮਨ ਦੀਆਂ ਚਾਂਚਲ ਬਿਰਤੀਆਂ ਨਸ਼ਟ ਹੋ ਜਾਂਦੀਆਂ ਹਨ ਪਾਪਾਂ ਦਾ ਪਰਦਾ ਤਾਰ-ਤਾਰ ਹੋ ਜਾਂਦਾ ਹੈ ਜਿਹੋ ਜਿਹੀ ਅਨੁਭਵਤਾ ਉਦੋਂ ਹੁੰਦੀ ਹੈ ਉਸੇ ਤਰ੍ਹਾਂ ਦੀ ਹੀ ਪੂਰੀ ਹੋ ਜਾਂਦੀ ਹੈ ਮੈਂ ਸਤਨਾਮ ਦੇ ਘਰ ਆਇਆ ਉਹ ਮੇਰੇ ਵੱਲ ਵੇਖ ਕੇ ਹੈਰਾਨ ਵੀ ਹੋਇਆ ਤੇ ਮੁਸਕਰਾਇਆ ਵੀ ਮੈਂ ਕਾਲੀਆਂ ਹੋ ਕੇ ਮੈਂ ਕਾਲਿਆ ਹੋ ਕੇ ਪੁੱਛਿਆ ਕੀ ਗੱਲ ਦੋਸਤ ਹਾਲ ਤੱਕ ਤਿਆਰ ਵੀ ਨਹੀਂ ਹੋਇਆ ਉਸ ਸਿਰ ਖੁਰਕਦਿਆਂ ਕੁਝ ਉਦਾਸ ਜਿਹਾ ਹੋ ਕੇ ਕਿਹਾ ਮੁਸ਼ਕਲ ਇਹ ਹੈ ਕਿ ਮੈਂ ਅੱਜ ਜਾ ਨਹੀਂ ਸਕਦਾ ਕਿਉਂਕਿ ਮੈਥੋਂ ਛੋਟਾ ਕੇਸਰ ਇੱਥੇ ਨਹੀਂ ਹੈ ਅਜੇਹੀ ਚਾਲ ਉਪਰੇ ਨੂੰ ਬੇਕੂਫ ਬਣਾ ਸਕਦੀ ਹੈ ਸਤ ਨਾਮ ਨੂੰ ਆਪੇ ਤੇ ਜਾਪਤਾ ਨਾ ਕਹਿ ਕੇ ਕਹਿ ਤੇ ਝਟ ਹੀ ਉਸ ਦਾ ਹਾਸਾ ਨਿਕਲ ਗਿਆ ਬਲਬੀਰ ਮੇਰੇ ਕੋਲ ਐਨੇ ਕੀਮਤੀ ਲੀੜੇ ਨਹੀਂ ਸਾਰੇ ਉੱਥੇ ਮੇਰੇ ਹਨ ਮੈਂ ਤੇਰੇ ਨਾਲ ਨਾਈ ਬਣ ਕੇ ਨਹੀਂ ਜਾ ਸਕਦਾ ਨੀੜੇ ਤੂੰ ਮੇਰੇ ਲੈ ਸਕਦਾ ਮੈਂ ਤੇ ਅੱਜ ਤੇਰੇ ਜਿੰਨਾ ਸੋਹਣਾ ਵੀ ਨਹੀਂ ਵਾਹ ਜੁੱਤੀ ਵੱਲ ਧਿਆਨ ਹੀ ਨਹੀਂ ਮਾਰਿਆ ਹਰੀ ਮਖਬਲ ਤੇ ਸੁਨੇਰੀ ਤਿੱਲੇ ਦੇ ਇਹ ਬੂਟ ਵਾਹ ਸ਼ਾਨ ਮਾਰੇ ਗਏ ਸਾਨੂੰ ਜੰਮਣ ਵਾਲੇ ਅਸੀਂ ਵਿਆਹੇ ਵੀ ਗਏ ਸਾਨੂੰ ਅਜਿਹੀ ਜੁੱਤੀ ਨਾਲ ਜੁੜੀ ਜਿੱਦਣ ਤੂੰ ਵਿਆਹ ਜਾਵੇਂਗਾ ਪਤਾ ਨਹੀਂ ਕਿੰਨੇ ਕੋ ਘਰ ਪੱਟੇਗਾ ਭੇੜਿਆ ਤੁਰ ਵੀ ਹੁਣ ਬਾਬਾ ਐਨੀ ਕਾਲੀਆਂ ਕਿਉਂ ਕਰਦਾ ਏ ਠਹਿਰ ਤਾਂ ਜਾ ਅਜੇ ਹੁਣੇ ਚਾਦਰਾਂ ਧੋਕੇ ਸੁੱਕਣਾ ਪਾਇਆ ਏ ਜੇ ਸੁੱਕ ਗਿਆ ਹੋਵੇ ਮੈਨੂੰ ਪਤਾ ਏ ਜਦੋਂ ਕਿਸੇ ਸੱਜਣੀ ਨੂੰ ਮਿਲਣਾ ਹੋਵੇ ਆਂਗ ਅੰਗ ਬਲ ਉੱਠਦਾ ਹੈ ਤੂੰ ਬੜਾ ਖਚਰਾ ਹੁੰਦਾ ਜਾਂਦਾ ਹੀਂ ਇੱਕ ਪ੍ਰਕਾਰ ਕਾਫੀ ਚਰ ਪਿੱਛੋਂ ਸਤਨਾਮ ਮਸਾਂ ਘਰੋਂ ਨਿਕਲਿਆ ਰਾਹ ਵਿੱਚ ਸਤਨਾਮ ਜਾਣ ਕੇ ਪਿੱਛੇ ਰਹਿ ਕੇ ਬੋਲਿਆ ਅੱਗੇ ਤਾਂ ਮੌਲੇ ਬਲਦਵਾਂ ਝੂਲ ਝੂਲ ਤੁਰਦਾ ਹੁੰਦਾ ਸੈਂ ਅੱਜ ਤੇਰੇ ਵਿੱਚ ਲੋੜੇ ਦੀ ਤੇਜ਼ੀ ਕਿੱਥੋਂ ਆ ਗਈ ਸ਼ਾਇਦ ਕੋਈ ਖਿੱਚ ਰਿਹਾ ਹੈ ਮੈਂ ਚੁੱਪ ਚਾਪ ਸਤ ਨਾਮ ਦੀਆਂ ਹਸੌਣੀਆਂ ਹਰਕਤਾਂ ਸੁਣਦਾ ਤੇ ਵਿੰਦਾ ਰਿਹਾ ਫੇਰ ਉਹ ਕਵਾਲੀ ਗਾਉਣ ਲੱਗ ਪਿਆ ਦਿਲ ਮੇਰੇ ਵਿੱਚ ਵਸਦੀ ਤੇਰੀ ਇੱਕ ਤਸਵੀਰਨੀ ਰਾਂਝਾ ਮੈਂ ਹਜ਼ਾਰੇ ਦਾ ਤੂੰ ਸਿਆਲਾਂ ਦੀ ਹੀਰਨੀ ਅੱਖਾਂ ਦੇ ਵਿੱਚ ਆਜ਼ਾਦੀ ਦਿਲ ਦੇ ਵਿੱਚ ਹੈ ਤੜਪਣਾ ਭਿਖਿਆ ਪਾਵੀ ਪ੍ਰੇਮ ਦੀ ਦਰ ਤੇ ਖੜਾ ਫਕੀਰਨੀ ਮੁਖ ਤੇਰੇ ਨੂੰ ਤਰਸਦੇ ਅਥਰੂ ਭਰ ਨੈਣ ਏ ਵਾਸਤਾ ਭਗਵਾਨ ਦਾ ਮੁਖ ਤੋਂ ਲਾ ਦੇ ਚੀਰਨੀ ਆਪਣੇ ਨੂੰ ਆਪਣਾ ਸੋਹਣੀ ਬਣਾ ਲਵੀ ਤੇਰਾ ਹੀ ਜਦ ਹੋ ਗਿਆ ਫੇਰ ਕੀ ਜਗ ਨਾਲ ਸੀਰਨੀ ਮੇਰਾ ਤਾਂ ਭਗਵਾਨ ਤੂੰ ਮੇਰਾ ਦੀਨ ਇਮਾਨ ਤੂੰ ਤੇਰਾ ਹੀ ਰਹਾਂਗਾ ਹੁਣ ਪੱਥਰ ਤੇ ਲਕੀਰਨੀ ਗਾਉਣ ਦੇ ਸਾਰੇ ਇਸ਼ਾਰੇ ਸਤਨਾ ਮੇਰੇ ਵੱਲ ਕਰਦਾ ਰਿਹਾ ਜਿਵੇਂ ਮੈਂ ਫਕੀਰ ਬਣ ਕੇ ਉਹਦੇ ਦਰਸ਼ਨਾਂ ਨੂੰ ਚੱਲਿਆ ਸਾਂ ਕਵੀ ਲੈ ਦੇ ਖਤਮੇ ਤੇ ਆ ਕੇ ਉਹ ਮਾਹਰ ਗਾਇਕਾਂ ਵਾਂਗ ਬਾਹਾਂ ਕੱਢ ਕੇ ਦੂਰਾ ਹੋ ਜਾਂਦਾ ਅਸੀਂ ਸਾਰਾ ਰਾਹ ਬੜਾ ਹੱਸ ਦੇ ਖੇਲਦਿਆਂ ਮੁਕਾਇਆ ਹਰ ਜਵਾਨ ਸਾਥ ਦਾ ਫਾਇਦਾ ਹੀ ਕੀ ਹੁੰਦਾ ਹੈ ਪਿੰਡ ਵੜਨ ਲੱਗੇ ਆਸਾਂ ਜੁੱਥੀਆਂ ਝਾੜੀਆਂ ਤੇ ਮੁੱਛਾਂ ਨੂੰ ਤਾ ਦੇ ਕੇ ਕੁੰਡ ਪਾਈ ਮਤਾ ਕੋਈ ਨੁਕਸ ਕੱਢ ਦੇਵੇ ਸੌਰੀ ਗਏ ਇੱਕ ਜਵਾਨ ਮੁੰਡੇ ਵਿੱਚ ਜੇ ਕੋਈ ਨੁਕਸ ਕੱਢ ਦੇਵੇ ਤਾਂ ਸਮਝੋ ਸਰੇ ਹੀ ਵੱਡਿਆ ਗਿਆ ਘਰ ਪੁੱਜ ਕੇ ਸਤਨਾਮ ਨੇ ਆਪਣੀ ਸੱਸ ਨੂੰ ਮੱਥਾ ਟੇਕਿਆ ਮੈਂ ਵੀ ਪਿਆਰ ਲੈਣ ਦਾ ਮਾਰਿਆ ਨਾਲ ਝੁੱਕ ਗਿਆ ਸਤਨਾਮ ਦੀ ਪਤਨੀ ਤਾਰੋ ਮੈਨੂੰ ਵੇਖ ਕੇ ਹੱਸ ਪਈ ਤਾਰੋ ਦੀ ਮਾਂ ਅੰਦਰੋਂ ਮੰਜੇ ਤੇ ਨੀੜੇ ਵਿਛਾਉਣ ਲਈ ਲੈਣ ਗਈ ਮੈਂ ਤਾਰੋ ਨੂੰ ਸਿਰ ਝੁਕਾਦਿਆਂ ਕਿਹਾ ਸਲਾਮ ਕਹਿੰਦਾ ਹਾਂ ਭਾਬੀ ਜੀ ਹਟਦਾ ਨਹੀਂ ਮਖੌਲ ਕਰਨ ਨੂੰ ਕੁੜੀਆਂ ਤੋਂ ਕਟਵਾਵਾਂਗੀ ਤੇ ਸ਼ੀਨਾ ਇੱਥੋਂ ਦੂਰ ਫੋਲ ਫੋਲ ਲਪਾ ਮੇ ਕਿੱਡੀ ਜੋਰ ਦੀ ਵਜਨ ਜਾਖਮ ਨਹੀਂ ਕਰਦੇ ਭਾਬੀ ਚੰਗਾ ਠਹਿਰ ਫਿਰ ਥੋੜਾ ਚੈਰਾ ਰਾਤ ਰਹਿਣਾ ਹੈ ਥੋੜਾ ਚਰ ਦਾ ਕੀ ਮਤਲਬ ਉਸ ਦੀ ਮਾਂ ਨੇ ਮੰਜੇ ਤੇ ਪਹਿਲਾਂ ਦਰੀ ਛੱਟੀ ਤੇ ਉਸ ਪਿਛੋਂ ਹਰੀਆਂ ਵੇਲਾਂ ਵਾਲੀ ਵਿਛਾਈ ਵਿਛਾਈ ਕੱਢੀ ਇੱਕ ਸਰਾਹਣਾ ਦਿੱਤਾ ਗਿਆ ਜੈਸ ਉੱਤੇ ਹਵਾਈ ਜਹਾਜ਼ ਕੱਢਿਆ ਸੀ ਜਿਸ ਨੂੰ ਉਹਨਾਂ ਦਾ ਇੱਕ ਸ਼ੈਲੀ ਮੁੰਡਾ ਬਾਲੂ ਬਾਲ ਕਹਿ ਕੇ ਬੁਲਾਉਂਦਾ ਸੀ ਸਰਹਾਨੇ ਦਾ ਕਢਾਈ ਦੇ ਟੋਪੇ ਦੱਸਦੇ ਸਾਂ ਦੱਸਦੇ ਹਨ ਕਿ ਕੱਢਣ ਵਾਲੀ ਸਚਿਆਰੀ ਹੈ। ਕਰਕਾਨਾਂ ਦੇ ਹੱਥ ਕਾਣੂ ਰਲਦੇ ਹਨ। ਤਾਰੂ ਨੇ ਦੋ ਛੰਨੇ ਦੁੱਧ ਦੇ ਕਾਰਨੀ ਚੋਂ ਕੱਢੇ ਤੇ ਤਰ ਤਰੀ ਖੰਡ ਪਾ ਕੇ ਸਾਡੇ ਅੱਗੇ ਲਿਆ ਰੱਖੇ। ਕੌਣ ਪੀਵੇਗਾ ਇਹਨਾਂ ਦੁੱਧ? ਜਿਸ ਕੁੱਟ ਖਾਣੀ ਹੈ ਤਾਰੂ ਨੇ ਉੱਤਰ ਦਿੱਤਾ। ਮੈਂ ਤਾਂ ਛੱਡਣਾ ਨਹੀਂ ਮੇਰਾ ਹਿੱਸਾ ਪਿਆ ਰਹੇ। ਸਤਨਾਮ ਨੇ ਜੁੱਤੀਆਂ ਲਾਂਦਿਆਂ ਕਿਹਾ ਮੁਰ ਤਾਰੂ ਨੇ ਆਪਣੀ ਮਾਂ ਨੂੰ ਕਿਹਾ ਏ ਜਿਹੜਾ ਬਲਬੀਰ ਹੈ ਮਾਂ ਜੀ ਮੈਨੂੰ ਮਖੌਲ ਮਖੌਲਾ ਮੂੰਹ ਗੱਲ ਨਹੀਂ ਉੱਥੇ ਕਰ ਲੈਂਦਾ ਮੈਂ ਵੀ ਇਸ ਨਾਲ ਹੁਣ 19 21 ਕਰਵਾਵਾਂਗੀ ਅਸ ਦੀ ਮਾਂ ਨੇ ਆਖਿਆ ਨਾ ਕੁੜੀਏ ਘਰ ਆਿਆਂ ਨਾਲ ਨਹੀਂ ਐਉਂ ਖਰੀਦਾ ਤੂੰ ਮਾਂ ਜੀ ਵੇਖ ਤਾਂ ਸਹੀ ਮੈਂ ਹੁਣ ਲਿਆਉਂਦੀ ਹਾਂ ਮਿੱਡੀ ਹੋਰਾਂ ਨੂੰ ਸੱਦ ਕੇ ਉਹ ਉਦੋਂ ਹੀ ਘਰੋਂ ਨਿਕਲ ਗਈ ਸਤਨਾਮ ਦੇ ਸਹੁਰਿਆਂ ਦਾ ਘਰ ਚਰਾਸਤੇ ਵਿੱਚ ਸੀ ਸਤਨਾਮ ਨੇ ਮੁਸਕਰਾਉਂਦਿਆਂ ਕਿਹਾ ਰੱਬਾ ਵੇਖੀਏ ਕੀ ਵਿਖਾਉਂਦਾ ਏ ਇੰਨਾਂ ਕੁਆਰੀਆਂ ਦੇ ਆਲੂਕਾਰ ਵਿੱਚੋਂ ਚੱਲ ਆਪਾਂ ਬਾਹਰ ਫਿਰ ਤੁਰਾਈਏ ਚੱਲ ਭਰਾ ਜੇ ਜਵਾਨੀ ਨੂੰ ਕੋਈ ਨਾ ਵੇਖੇ ਤਾਂ ਉਹਦਾ ਦਿਲ ਟੁੱਟ ਜਾਂਦਾ ਹੈ ਪਰ ਤੂੰ ਉਡੀਕ ਕਰ ਵੇਖਣ ਵਾਲੀਆਂ ਰੂਹਾਂ ਇੱਥੇ ਹੀ ਆ ਜਾਣਗੀਆਂ ਐਨੇ ਨੂੰ 4-5 ਕੁੜੀਆਂ ਮਿੱਟੀ ਦੀ ਦਿਯਾਲੀ ਹੋਰੀ ਆ ਗਈਆਂ ਤੇ ਸਾਰੀਆਂ ਨੇ ਫੌਜੀਆ ਵਾਂਗ ਮਿੱਠੇ ਸਲੂਟ ਕੀਤਾ ਮੈਂ ਤੇ ਸਤਨਾਮ ਮੁਸਕਰਾਉਂਦੇ ਰਹੇ ਸਤਨਾਮ ਨੇ ਇੱਕ ਖਚਰੇ ਇਸ਼ਾਰੇ ਨਾਲ ਇੱਕ ਪ੍ਰਕਾਰ ਖੁੱਲ੍ਹ ਦੇ ਦਿੱਤੀ। ਦਿਆਲੀ ਨੇ ਮਿੱਡੀ ਨੂੰ ਆਖਿਆ, "ਜੇ ਤੇਰਾ ਬਲਬੀਰ ਨਾਲ ਵਿਆਹ ਹੋ ਜਾਵੇ, ਬੂਥਾ ਇਸ ਦਾ ਮੈਨੂੰ ਵਿਆਹ ਵਿਆਹ ਵਾਲਾ ਦਿੰਦਾ ਹੈ। ਵੇਖ ਨਹੀਂ ਵਿਆਹ ਦੇ ਨਾਂ ਤੇ ਕਿਵੇਂ ਨਾਸਾਂ ਫਲਾਉਂਦਾ ਏ। ਮੈਨੂੰ ਵੀ ਮਜਬੂਰ ਬੋਲਣਾ ਹੀ ਪਿਆ। ਤੂੰ ਆਦਮੀ ਨਾਲ ਕਾਹਨੂੰ ਵਿਆਹ ਕਰਵਾਉਣਾ ਏ? ਬੂਥੇ ਨਾਲ ਹੀ ਕਰਵਾਵੀਂ। ਇਹ ਜੁੱਤੀ ਕਿਹਦੀ ਮੰਗ ਕੇ ਲਿਆਇਆ ਏ? ਸਰਦਾਰ ਅਤਰ ਸਿੰਘ 9 ਫੁੱਟੇ ਦੀ" ਮਿੱਡੀ ਇਕਦਮ ਚੁੱਪ ਹੋ ਗਈ ਕਿਉਂਕਿ ਮੇਰੇ ਨਾਨਕੀ ਇੱਕ ਨਿੱਕੇ ਜਿਹੇ ਯੱਤਰ ਮੁੰਡੇ ਨਾਲ ਮਿੱਡੀ ਮੰਗੀ ਹੋਈ ਸੀ ਇਧਰੋਂ ਇਸ ਦੀ ਮੰਗਣੀ ਬਾਰੇ ਸਤਨਾਮ ਨੇ ਮੈਨੂੰ ਪਹਿਲੋਂ ਹੀ ਦੱਸ ਦਿੱਤਾ ਸੀ ਉਸ ਨੂੰ ਬੜਾ ਗੁੱਸਾ ਆਇਆ ਮੈਂ ਮੌਕਾ ਪਾ ਕੇ ਫੇਰ ਕਿਹਾ ਮੈਨੂੰ ਤਾਂ ਸਭ ਕੁਝ ਤਾਰੂਣ ਨੇ ਦੱਸਿਆ ਹੈ ਮਿੱਡੀ ਤਾਰੂ ਦੇ ਗੱਲ ਪੈ ਗਈ ਮੈਂ ਅੰਦਰੋਂ ਅੰਦਰ ਲੰਗ ਲੱਗਾ ਹਸਣਾ ਤਾਰੂਣ ਨੇ ਉਸ ਨੂੰ ਸਮਝਾਉਂਦੇ ਕਿਹਾ ਅੰਨਿਏ ਆਪਾਂ ਨੂੰ ਲੜਾਉਣ ਦਾ ਮਾਰਾ ਕਹਿੰਦਾ ਏ ਮੈਂ ਵਿੱਚੋਂ ਹੀ ਇੱਕ ਹੋਰ ਚਾਲ ਚਲਾ ਦਿੱਤੀ ਤਾਰੋ ਤੂੰ ਦੱਸਿਆ ਨਹੀਂ ਮੈਨੂੰ ਇਸ ਦੇ ਸਹੁਰੇ ਦਾ ਅਤੇ ਐਸ ਦੀ ਸੱਸ ਦਾ ਨਾਂ ਜੋ ਲਤੋਂ ਲੰਗੜੀ ਹੈ ਹੋਰ ਕੁਝ ਦੱਸਾਂ ਮੈਨੂੰ ਇਸ ਗੱਲ ਦਾ ਨਾਨਕਿਆਂ ਦੇ ਸਬੰਧ ਕਰਕੇ ਪਤਾ ਸੀ ਮਿੱਡੀ ਦੇ ਤਾਂ ਭਾਦੀ ਬਣ ਗਈ ਜਦੋਂ ਮੈਂ ਜਤੋਸ਼ੀਆਂ ਵਾਂਗ ਸੱਚੀਆਂ ਦੱਸਣ ਲੱਗਾ ਮਿੱਡੀ ਗੁੱਸੇ ਨਾਲ ਭਰੀ ਚਲੀ ਗਈ ਤੇ ਮੇਰਾ ਮਗਰੋਂ ਖੂਬ ਹਾਸਾ ਨਿਕਲਿਆ ਸਤਨਾਮ ਗੁਜਜਾ ਗੁਜਜਾ ਹੋਰ ਹੀ ਕਿਸੇ ਨੂੰ ਵੇਖੀ ਜਾ ਰਿਹਾ ਸੀ ਇੱਕ ਕੁੜੀ ਦੇ ਨੈਣ ਸਾਫ ਸ਼ਰਾਬੀ ਪਿਆਲੇ ਹੀ ਦਿਖਦੇ ਸਨ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਬੇਤਿਆਨੇ ਹੋਣ ਕਰਕੇ ਸਤਨਾਮ ਕਿੰਨੀ ਕੋਪੀ ਕੇ ਸ਼ਰਾਬੀ ਹੋ ਗਿਆ ਸੀ ਜਦੋਂ ਮੈਂ ਉਹਨੇ ਜਦੋਂ ਮੈਂ ਉਹਨਾਂ ਨੈਣਾਂ ਨੂੰ ਤੱਕਿਆ ਇੱਕ ਵਾਰ ਹੀ ਚਰਲ ਕਰਦੀ ਨਸ਼ੀਲੀ ਹਰਕਤ ਮੈਨੂੰ ਬੇਵਸ ਜਿਹਾ ਕਰ ਗਈ ਜਦੋਂ ਉਸਨੇ ਦੇਖਿਆ ਉਸ ਝੱਟ ਸ਼ਰਮ ਨਾਲ ਕੰਬ ਕੇ ਨੀਵੀਂ ਪਾ ਲਈ ਆ ਲਾਜਵੰਤੀ ਕੁਆਰੀਆਂ ਕੁੜੀਆਂ ਦੀ ਪਵਿੱਤਰਤਾ ਕੇਵਲ ਸ਼ਰਮ ਤੇ ਉਸ ਦਾ ਅਹਿਸਾਸ ਕੁੜੀਆਂ ਇੱਕ ਇੱਕ ਕਰਕੇ ਚਲੀਆਂ ਗਈਆਂ ਪਰ ਦੋ ਜਵਾਨਾਂ ਨੂੰ ਤੜਪਣਾ ਲਈ ਰਾਤ ਪਾ ਗਈਆਂ ਰਾਤ ਲੰਘ ਗਈ ਪਰ ਬਿਸਤਰੇ ਤੇ ਵਟ ਦਿਖਦੇ ਹਨ ਕਿ ਮੈਂ ਰਾਤੀ ਸੁੱਤਾ ਨਹੀਂ ਸਗੋਂ ਪਾਸੇ ਹੀ ਮਾਰਦਾ ਰਿਹਾ ਹਾਂ ਸਤਨਾਮ ਨੇ ਮੈਨੂੰ ਪਾਲ ਨੂੰ ਇੱਕ ਰੋਕਾ ਲਿਖਣ ਲਈ ਕਿਹਾ ਕਿਉਂਕਿ ਉਸ ਦਾ ਘਰ ਪਿੰਡ ਦੇ ਦੂਜੇ ਬੰਨੇ ਸੀ ਅਸੀਂ ਬਾਹਰੋਂ ਆ ਕੇ ਨਹਾਤੇ ਤੇ ਮੁੜਦੇ ਹੀ ਨਾਲ ਹਾਜ਼ਰੀ ਖਾਦੀ ਚਾਹ ਦੇ ਵੀ ਦੋ ਦੋ ਪਿਆਲੇ ਪੀਤੇ ਸਤ ਨਾਮ ਥੱਲੇ ਆਪਣੀਆਂ ਸਾਲੀਆਂ ਵਿੱਚ ਰੁੱਝ ਗਿਆ ਇਧਰ ਮੈਂ ਚਿੱਠੀ ਤੇ ਲਕੀਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਸੁਪਨਾ ਆਇਆ ਜੀਵਨ ਰੰਗ ਰਤਾ ਇੱਕ ਰੇਲ ਦਾ ਸਫ਼ਰ ਅਥਾਵ ਜੀਵਨ ਦਾ ਸ਼ੁਰੂ ਜੀਵਨ ਭਾਵ ਦਾ ਖੁਸ਼ੀਆਂ ਵਿੱਚ ਉਦੋਂ ਹੋਣਾ ਤੇ ਪ੍ਰੀਤ ਖਿਮਾਂ ਵਿੱਚ ਸੁਪਨਾ ਜੀਵਨ ਇੱਕ ਰਸ ਭਰੀ ਸੁਗਾਤ ਪਰ ਜੇ ਕਿਸੇ ਦੀ ਭੇਂਟ ਕੀਤੀ ਜਾਵੇ ਇਕੱਲਾ ਆਪੇ ਵਿੱਚ ਜੀਵਨ ਦਾ ਮਾਣ ਇੱਕ ਥੋਥੀ ਹੰਡ ਜਿਹੜੀ ਲੰਮਾ ਕਸ਼ਟ ਬਣ ਪਿਗਲਦੀ ਇੱਕ ਯਾਦ ਕੀ ਮਨ ਵਜਦਾ ਕਪਾਵਾਂ ਵਿੱਚ ਸੂਰਜ ਦੇ ਦਰ ਪਾਗਲ ਭਿਖਾਰੀ ਵਾਂਗ ਸਿਰ ਚੁੱਕਾਈ ਖਲੋਤਾ ਆ ਉਹਨਾਂ ਰਾਵਾਂ ਵੱਲ ਚੱਲੀਏ ਜਿੱਥੇ ਦਵੇਖ ਦੀਆਂ ਹੱਦਾਂ ਮੁਕਦੀਆਂ ਹਨ ਆ ਉਹਨਾਂ ਥਾਵਾਂ ਵਿੱਚ ਵਸੀਏ ਜਿੱਥੇ ਪ੍ਰੇਮੀਆਂ ਦੀ ਧਰਤੀ ਹੈ ਕਮਲ ਪੱਤੀਆਂ ਵਰਗੀਆਂ ਕੂਲੀਆਂ ਜਿਸ ਨੂੰ ਦੇਵਤਾ ਸ਼ਰਦ ਦੀਆਂ ਫੁੱਲ ਤਾਲਾਂ ਨਾਲ ਸਾਫ਼ ਕਰਦੇ ਨੇ ਅਸਲ ਪਿਆਰ ਦੀ ਨਗਰੀ ਚੰਦਰਮਾ ਦਾ ਹੱਸਦਾ ਸੀਤਲ ਪ੍ਰਕਾਸ਼ ਪੌਰਾਂ ਦਾ ਕਮਲਾਂ ਨੂੰ ਚੁੰਮ ਚੁੰਮ ਛੜਨਾ ਬਹਾਰਾਂ ਦਾ ਫੁੱਲ ਕਲੀਆਂ ਵਿੱਚ ਜਵਾਨ ਨਾਜ ਨਾਚ ਕੁੜੀਆਂ ਦੇ ਹਾਵ ਭਾਵ ਸਾਜ ਤਾਰਾਂ ਵਿੱਚ ਉਲਜੀ ਲज्जਤ ਸੰਗੀਤ ਬੋਲਾਂ ਦਾ ਅੰਮ੍ਰਿਤ ਹਸੀਨ ਦ੍ਰਿਸ਼ਾਂ ਵਿੱਚ ਅੱਖਾਂ ਮਦਮਤੀਆਂ ਪਿਆਰ ਨਸ਼ਾ ਸਰੂਰ ਪਿਆਰ ਜੀਵਨ ਪਿਆਰ ਨਸ਼ਾ ਸੰਗੀਤ ਬਾਕੀ ਸਭ ਕੁਝ ਇਹ ਚ ਅਸਲੋਂ ਹੋਏ ਚ ਦੂਰ ਇਸ ਦੁਨੀਆ ਦੀ ਕਲਪਨਾ ਤੋਂ ਦੂਰ ਉਹ ਮੈਂ ਕੀ ਲੈ ਕੇ ਆਇਆ ਹਾਂ ਮੈਨੂੰ ਪਤਾ ਤੱਕ ਨਹੀਂ ਤੁਸੀਂ ਦਰਿਆ ਦਿਲ ਹੋ ਜ਼ਰੂਰ ਖਿਮਾ ਕਰੋਗੇ ਅਫਸੋਸ ਕਿ ਮੈਂ ਤੁਹਾਨੂੰ ਖਾਤ ਦੇ ਮੋੜ ਵਿੱਚ ਸਤਿ ਸ਼੍ਰੀਕਾਲ ਨਹੀਂ ਬੁਲਾਈ ਪੁੱਲ ਹੀ ਗਿਆ ਪ੍ਰੇਮੀ ਦੀ ਜ਼ਿੰਦਗੀ ਗਲਤੀਆਂ ਦਾ ਬਾੜ ਹੀ ਹੈ ਮੇਰਾ ਖਿਆਲ ਮੇਰਾ ਖਿਆਲ ਹੈ ਤੁਸੀਂ ਮੈਨੂੰ ਦੁਨੀਆ ਜਿਨੀ ਨਫ਼ਰਤ ਨਹੀਂ ਕਰੋਗੇ ਮੈਂ ਤੁਹਾਡੇ ਦਰਸ਼ਨਾਂ ਦਾ ਸੀਗੀਰ ਉਡੀਕਵਾਣ ਹਾਂ ਤੁਸੀਂ ਕਿੰਨੇ ਚੰਗੇ ਹੋ ਜਿਹੜੇ ਚੇਤੇ ਆਉਂਦੇ ਹੋ ਜੀਵਨ ਦਾ ਨਵਾਂ ਰਾਹੀ ਖਾਤ ਦਿਆਲੂ ਨਾਂ ਦੀ ਕੁੜੀ ਉਸ ਨੂੰ ਪਹੁੰਚਾਈ ਕੋਈ ਇੱਕ ਘੰਟਾ ਲੰਘ ਗਿਆ ਉਸ ਇੱਕ ਘੰਟੇ ਦਾ ਸਮਾਂ ਬੜਾ ਰੰਗਲਾ ਸੀ ਕਿਉਂਕਿ ਉਸ ਵਿੱਚ ਪਾਲ ਦੇ ਆਉਣ ਦੀ ਉਡੀਕ ਸੀ ਮਿੱਠੀ ਉਡੀਕ ਅੱਖਾਂ ਚਮਕ ਰਹੀਆਂ ਸਨ ਮੇਰੇ ਕੰਨ ਪੌੜੀਆਂ ਵਿੱਚੋਂ ਪੌੜੀਆਂ ਵਿੱਚ ਕਿਸੇ ਦੇ ਪੈਰਾਂ ਦੀ ਆਵਾਜ਼ ਸੁਣ ਰਹੇ ਸਨ ਪਰ ਨਹੀਂ ਇਹ ਤੇ ਮੇਰੇ ਹੀ ਦਿਲ ਦੀ ਧੜਕਣ ਸੀ ਫੁੱਲਾਂ ਦਾ ਸਵਾਦ ਵੀ ਅਜਿਹੇ ਸਮੇਂ ਮਾਣਿਆ ਜਾਂਦਾ ਹੈ ਇੱਕਦਮ ਹੀ ਅੰਦਰੋਂ ਕੁਝ ਉਤਪੰਨ ਹੋਇਆ ਬੇਵਕੂਫ ਉਹ ਤੇਰੀ ਕੀ ਲੱਗਦੀ ਹੈ ਕੋਈ ਨਾ ਕੋਈ ਦਲੀਲ ਹੀ ਆਦਮੀ ਨੂੰ ਗੁਨਾਹਾਂ ਲਈ ਮਜਬੂਰ ਕਰਦੀ ਹੈ ਪਰ ਸਰਾ ਸਮਾਜ ਤੇ ਬੰਦਰਾ ਵਿੱਚ ਅੜਿਆ ਜੀਵਨ ਕਿਉਂ ਨਹੀਂ ਖੁਦਕੁਸ਼ੀ ਕਰਦਾ ਕਿਉਂ ਦਮ ਘਟ-ਘਟ ਸਾਹ ਖਿੱਚਦਾ ਹੈ ਨਦੀਆਂ ਦੇ ਰਾਹ ਕੌਣ ਬਣਾਉਂਦਾ ਹੈ ਕਲੀਆਂ ਨੂੰ ਖਿਰਨ ਕੌਣ ਦੱਸਦਾ ਹੈ ਵੇਲਾਂ ਤੇ ਜੁਲਫਾਂ ਵਿੱਚ ਵਾਲ ਤੇ ਕੁੰਡਲ ਕੌਣ ਪਾਉਂਦਾ ਹੈ ਸਮਾਵਾਨੂੰ ਕੌਣ ਮੋੜਦਾ ਹੈ ਤੇ ਸਾਗਰ ਦੀਆਂ ਛੱਲਾਂ ਨੂੰ ਕੌਣ ਰੋਕਦਾ ਹੈ ਇਹ ਚੰਦਰ ਚੰਦਰਾ ਸਮਾਜ ਤੂਫਾਨ ਦੀ ਪੇਂਟ ਕਿਉਂ ਨਹੀਂ ਹੋ ਜਾਂਦਾ ਜੇ ਸੰਸਾਰ ਸੁਪਨਾ ਹੈ ਤਾਂ ਮੇਰੀ ਕ੍ਰਿਆ ਸਥਿਰ ਨਹੀਂ ਜੇ ਮੈਨੂੰ ਵੀ ਵਹਿਮ ਭੁਲਾ ਸਕਦੇ ਤੇ プレਖੇਡ ਰਾ ਸਕਦੇ ਹਨ ਤਦ ਮੇਰੀਆਂ ਸਾਰੀਆਂ ਨਿੱਕੀਆਂ ਮੂਠੀਆਂ ਕਿਤਾਬਾਂ ਨੂੰ ਦਰਿਆ ਸੁਪਰਾਪ੍ਰਦ ਕਰ ਦੇਵੋ ਅਤੇ ਲੋਹੇ ਦੇ ਲਾਲ ਸੂਏ ਕਿਲੇ ਮੇਰੇ ਦਿਮਾਗ ਵਿੱਚ ਠੋਕ ਦਿਓ ਤਾਂ ਕਿ ਦਿਮਾਗੀ ਸ਼ਕਤੀ ਦੇ ਜੀਵਾਨੂ ਸਭ ਸੜ ਜਾਣ ਉਹ ਜੀਵਨ ਨਹੀਂ ਇੱਕ ਦੁੱਖਾਂ ਭਰੀ ਬਹੌੜੀ ਹੈ ਜਿਸ ਵਿੱਚ ਇੱਕ ਵੀ ਬੰਧਨ ਹੈ ਗੁਲਾਮੀ ਭਗਵਾਨ ਦੀ ਵੀ ਠੁਕਰਾ ਦਿਓ ਮੇਰੇ ਅੰਦਰ ਫੇਰ ਇੱਕ ਲਾਰਜ ਆਇਆ ਪਰ ਮੈਂ ਆਪਣੇ ਆਪ ਨੂੰ ਹੋਸ਼ ਵਿੱਚ ਲਿਆਉਣ ਲੱਗਾ ਜਿਵੇਂ ਮੈਂ ਪਾਗਲ ਅਗੇ ਬਕਵਾਸ ਕਰ ਰਿਹਾ ਸਾਂ ਉਦੋਂ ਹੀ ਵੇੜੇ ਵਿੱਚ ਇੱਕ ਕੋਮਲ ਆਵਾਜ਼ ਨੇ ਕਿਸੇ ਤੋਂ ਪੁੱਛਿਆ ਤੁਹਾਡੇ ਘਰ ਵਿੱਚ ਇੱਕ ਫੁੱਲ ਉਤਰਿਆ ਹੈ ਮੇਰੇ ਭੁੱਖੇ ਕੰਨਾਂ ਨੇ ਝਟ ਜਾਣ ਲੈ ਕੀ ਇਹ ਕਿਸੇ ਦੀ ਕਿਸ ਦੀ ਆਵਾਜ਼ ਹੈ ਪਰ ਪਰੇ ਨੂੰ ਬੜੀ ਦੂਰੋਂ ਸੁਗੰਧੀ ਨੇ ਖਿੱਚਿਆ ਇਹ ਤਾਰੋ ਦੇ ਹੱਸਦੇ ਬੋਲ ਸਨ ਖਿੱਚ ਜੋ ਹੋਈ ਜਿਹੜਾ ਕੱਲ ਆਥਨ ਦਾ ਖੜਿਆ ਹੋਇਆ ਹੈ ਉਸਦੀ ਬੇਕਰਾਰੀ ਦੀ ਬੇਕਰਾਰੀ ਵੀ ਵੇਖਣ ਵਾਲੀ ਹੈ ਪਰ ਕਿੱਥੇ ਹਨ ਉਹ ਜਿੱਧਰੋਂ ਸੁਗੰਧੀ ਆਉਂਦੀ ਹੈ ਉਧਰ ਚਲੀ ਜਾ ਮੇਰਾ ਖਿਆਲ ਹੈ ਸੁਗੰਧੀ ਉਧਰੋਂ ਇਹ ਠਾਣੂ ਆ ਰਹੀ ਹੈ ਤੇਰੀਆਂ ਤੇ ਉਹਦੀਆਂ ਸੱਤੇ-ਸੱਤ ਉੱਤੇ ਹੀ ਲੰਮਾ ਪਿਆ ਹੈ ਮੇਰੀ ਖੁਸ਼ੀ ਬੁੱਲਾਂ 'ਚੋਂ ਡੋਲਰ-ਡੋਲਰ ਪੈ ਰਹੀ ਸੀ ਤੈਨੂੰ ਨਾਲ ਲੈ ਕੇ ਚੱਲਾਂਗੀ ਕੁੰਡਾਂ ਦਾ ਪੌਰਾ ਨਾਲ ਕੀ ਸੰਗ ਆ ਤਾਂ ਸਹੀ ਤੁਸਾਂ ਭੈਣ ਕੋਈ ਚੋਰੀ ਗੱਲ ਕਰਨੀ ਹੋਵੇਗੀ ਤੈਥੋਂ ਕਾਹਦਾ ਲੁਕੋ ਠਿਪ-ਠਿਪ ਕਰਦੀਆਂ ਆਵਾਜ਼ਾਂ ਉੱਪਰ ਨੂੰ ਚੜੀਆਂ ਬਾਰੀ ਵਿੱਚ ਦੀ ਮੈਂ ਇੱਕ ਸਿਰ ਉੱਚਾ ਹੁੰਦਾ ਵੇਖਿਆ ਗੋਲ ਚਿਹਰਾ ਹਲਦੀਆਂ ਅੱਖਾਂ ਤੇ ਮੁਸਕਰਾਹ ਦੇ ਬੁੱਲ ਬਿਲਕੁਲ ਉਹੀ ਜਿਹੜੀ ਮੇਰੇ ਦਿਲ ਵਿੱਚ ਇੱਕ ਲੰਮੇ ਸਮੇਂ ਤੋਂ ਪ੍ਰਕਾਸ਼ਮਾਨ ਸੀ ਮੇਰਾ ਦਿਲ ਟੜਕੇ ਜਿਵੇਂ ਕੋਈ ਇਮਤਿਹਾਨ ਵੇਲੇ ਸਹਮਦਾ ਹੈ ਇੱਕ ਹਲਕੀ ਕੰਬਣੀ ਸਾਰੇ ਸਰੀਰ ਵਿੱਚ ਫਿਰੀ ਮੈਂ ਸੂਤ ਹੋਣ ਦੇ ਯਤਨ ਹੀ ਕਰ ਰਿਹਾ ਸਾਂ ਕਿ ਉਹ ਦੋਵੇਂ ਚੁਬਾਰੇ ਦੇ ਦਰਕੇ ਆ ਗਈਆਂ ਸਤਿ ਸ਼੍ਰੀ ਅਕਾਲ ਆਖੀ ਗਈ ਤੇ ਮੋੜ ਪਾਲ ਦੂਜੇ ਮੰਜ਼ੇ ਤੇ ਬਹਿ ਗਈ ਮੈਂ ਵੀ ਗਿਆਨੀ ਸਲਾਮ ਕਹਿੰਦਾ ਹਾਂ ਤਾਰੂ ਨੇ ਹੱਸਦਿਆਂ ਖੱਬਾ ਹੱਥ ਸੇਰ ਨੂੰ ਲਾਂਦਿਆਂ ਕਿਹਾ ਦਯੌਰ ਹੈ ਲਾਲੜੀ ਵਰਗਾ ਇਹ ਤੇ ਆਪ ਟਿਚਕਰਾਂ ਦਾ ਘਰ ਹੈ ਕੱਲ ਅਜੇ ਆ ਕੇ ਬੈਠਾ ਨਹੀਂ ਸੀ ਅੱਗੋਂ ਲੱਗ ਪਿਆ ਜਿਵੇਂ ਸਾਲੀ ਹੁੰਦੀਆਂ ਉਹ ਸਾਲੀਆਂ ਵਾਲਾ ਤਾਂ ਅਜੇ ਕਿਸੇ ਨਾਲ ਸਿੱਧੇ ਮੂੰਹ ਬੋਲਦਾ ਵੀ ਨਹੀਂ ਹੇ ਵਾਹਿਗੁਰੂ ਮੈਂ ਕਿਹਾ ਉਹਦੇ ਮੂੰਹ ਚ ਤਾਂ ਜੀਬ ਨਹੀਂ ਜੇ ਸਤਨਾਮ ਨਹੀਂ ਮਖੌਲ ਕਰਦਾ ਤਾਂ ਡੁੱਬੀਆਂ ਗੱਲਾਂ ਕੰਡਾ ਹੈ ਕੰਡਾ 베ਰੀ ਦਾ ਅੜਿਆ ਨਿਕਲਦਾ ਕਿਹੜਾ ਹੈ ਬਸ ਕਰ ਰਹਿਣ ਦੇ ਕਿਸੇ ਕੋਲ ਨਾ ਗੱਲ ਕਰ ਦੇਵੀ ਤਾਰੋ ਦਾ ਬੋਲ ਕਾਫੀ ਉੱਚਾ ਸੀ ਔਨ ਜੋਸ ਪਿੰਡ ਦੀਆਂ ਸਾਰੀਆਂ ਕੁੜੀਆਂ ਨੂੰ ਉੱਚਾ ਬੋਲਣ ਦੀ ਆਦਤ ਸੀ ਪਰ ਤਾਰੋ ਦੀ ਤਾਂ ਹੱਦ ਹੀ ਹੋਈ ਪਈ ਸੀ ਮੈਂ ਸਹਜੇ ਨਾਲ ਕਿਹਾ ਉਸ ਕਿਹੜਾ ਵਿਆਹ ਕਰਵਾਉਣਾ ਹੈ ਬਈ ਗੱਲ ਨਾ ਕਰਾਂ ਲੈ ਉਹਦੀ ਮਰਜ਼ੀ ਹੈ ਵਿਆਹ ਕਰਵਾਉਣ ਦੀ ਤਾਂ ਵਿਆਹ ਕਰਵਾ ਲਵੇ ਉਸ ਕਿਸ ਦੇ ਰੋਕਿਆ ਰੁਕਣਾ ਹਾਂ ਵਿਆਹ ਕਰਵਾਉਣ ਲੱਗਾ ਏ ਉਹ 10 ਦਿਨ ਤੈਨੂੰ ਇੱਥੇ ਆਈ ਨੂੰ ਹੋਏ ਨਹੀਂ ਉਹਦਾ ਲੱਕ ਹੋਂਕੇ ਲੈ ਲੈ ਸੁੱਕ ਗਿਆ ਹੈ ਤੂੰ ਇਹਦੀਆਂ ਗੱਲਾਂ ਸੁਣਦੀ ਜਾਂ ਖਪਰੇ ਰੱਬ ਨੇ ਇਹਦਾ ਦਿਮਾਗ ਆਦਾ ਬਣਾਇਆ ਹੈ ਤਾਰੂ ਨੇ ਪਾਲ ਦੇ ਮੋਢੇ ਤੇ ਹੱਥ ਰੱਖਦੇ ਆ ਕਿਹਾ ਪੈਨ ਤੁਸੀਂ ਦਿੌਰ ਪਰਜਾਈ ਜਿਵੇਂ ਜੀ ਜਾਵੇ ਜੀ ਆਵੇ ਸਿੱਜੋ ਅੱਜ ਕੱਲ ਦੀ ਗੱਲ ਹੈ ਮੈਂ ਕਿਹਾ ਮੇਰੇ ਕੋਲ ਬਾਹਰ ਬਗੀਚੇ ਵਿੱਚ ਰੋਪਿਆ ਜਵਾਨੀ ਵਿੱਚ ਮੁਹੱਬਤ ਤੇ ਰੱਬ ਦਾ ਦਿੱਤਾ ਆ ਰੰਗ ਰੂਪ ਵਿਛੋੜਾ ਕਿੱਥੋਂ ਜਰਿਆ ਜਾਂਦਾ ਹੈ ਆਹਾ ਉਹ ਭਵੇਂ ਕਰ ਗਈ ਨੂੰ ਸਿਆਣੇ ਨਾ ਮੈਂ ਕਹਿੰਦਾ ਹਾਂ ਹੋਵੇ ਸਤਨਾਮ ਫੇਰ ਤੈਨੂੰ ਸਿਆਣੇ ਨਾ ਗਜਬ ਸਾਈਂ ਦਾ ਉਸ ਤੋਂ ਤਾਂ 2 ਮਿੰਟ ਦਾ ਗੁੱਸਾ ਨਹੀਂ ਜਰਿਆ ਜਾਂਦਾ ਸੱਚਮੁੱਚ ਪ੍ਰੇਮੀਆ ਦਾ ਦਿਲ ਪਿਆਰ ਦੇ ਮਾਮਲੇ ਵਿੱਚ ਬੜਾ ਥੋੜਾ ਹੁੰਦੇ ਹਨ ਤੈਨੂੰ ਸਤ ਸਲਾਮਾ ਕਿਥੋਂ ਪੂੰਡਾਂ ਦੇ ਖੱਕਰ ਛੇੜ ਲਈ ਤਾਰੋ ਔਟ ਦੀ ਨੇਪਾਲ ਨੂੰ ਕਿਹਾ ਲੈ ਭੈਣੇ ਮੈਂ ਤਾਂ ਜਾਂਦੀ ਹਾਂ ਕਿੱਥੇ ਜਾਨੀਏ ਤੂੰ ਪਾਲ ਨੇ ਥੋੜਾ ਹੈਰਾਨੀ ਨਾਲ ਕਿਹਾ ਇਹਨਾਂ ਨੂੰ ਲੰਗਰ ਵੀ ਖਾਉਣਾ ਏ ਜਾ ਕੇ ਪਤਾ ਲਵਾਂ ਫੇਰ ਆਉਂਦੀ ਹਾਂ ਨਾਲੇ ਤੁਸਾਂ ਕੋਈ ਖਾਸ ਗੱਲ ਕਰਨੀ ਹੋਵੇਗੀ ਨਾਲੇ ਇਹਦਾ ਭਰਾ ਬਾਹਰੋਂ ਆ ਜਾਵੇਗਾ ਮੇਰੀ ਤਾਂ ਰੋਟੀ ਨਾ ਬਣਾਉਣੀ ਮੈਂ ਤਾਂ ਲੰਗਰ ਖਾਣਾ ਨਹੀਂ ਮੈਂ ਮੁਸਕਰਾਉਂਦਿਆਂ ਕਿਹਾ ਮੈਂ ਤਾਂ ਸੋਂ ਭਰਾ ਦੀ ਬਲਬੀਰ ਕਿਤੇ ਗੁੱਸਾ ਨਾ ਕਰ ਲਵੀਂ ਅੜਿਆ ਉਹ ਚਲੀ ਗਈ ਅਸੀਂ ਏਰਮਾਨ ਦੇ ਵਿੱਚ ਚੁੱਪ ਬੈਠੇ ਸਾਂ ਪਰ ਚੁੱਪ ਵੀ ਕਿੰਨਾ ਕੁ ਚਿਰ ਬੈਠਦੇ ਮਸੀਂ ਤਾਂ ਸਮਾਂ ਮਿਲਿਆ ਸੀ ਮੇਰਾ ਦਿਲ ਚਾਹੁੰਦਾ ਸੀ ਅਕੇਰਾ ਹੀ ਸਭ ਕੋ ਜੋ ਸ਼ਾਲ ਦੇਵਾਂ ਕੱਲ੍ਹ ਸ਼ਾਮ ਆਉਣ ਦੀ ਖੇਚਲ ਕੀਤੀ ਜੀ ਹਾਂ ਕੱਲ੍ਹ ਆਉਣ ਨਾਲ ਹੀ ਖੁਸ਼ੀ ਪ੍ਰਾਪਤ ਹੋਈ ਏ ਤੁਸੀਂ ਕੱਲ੍ਹ ਹੀ ਕਿਉਂ ਨਾ ਮੈਨੂੰ ਸੱਦਿਆ ਹਨੇਰਾ ਹੋ ਜਾਣ ਤੇ ਤੁਹਾਡੀ ਤਕਲੀਫ ਦਾ ਖਿਆਲ ਸੀ ਤਕਲੀਫ ਤੇ ਅੱਜ ਧੁੱਪ ਹੋਣ ਤੇ ਘੱਟ ਸਮਝਦੇ ਹੋ ਮੈਂ ਮਾਫੀ ਲਈ ਪ੍ਰਾਰਥਨਾ ਕਰਦਾ ਹਾਂ ਅਗਾ ਨੂੰ ਕਿਹੜਾ ਗਲਤੀਆਂ ਹੋਣੀਆਂ ਨਹੀਂ ਪੰਜ ਸੱਤ ਮਾਫੀਆਂ ਹੁਣੇ ਮੰਗ ਲਵੋ ਪਾਲ ਨੇ ਹਰਦਿਆਂ ਕਿਹਾ ਮਾਫੀ ਤੁਸੀਂ ਕਿਸ ਗੱਲ ਦੀ ਮੰਗਦੇ ਹੋ ਇਸ ਦਾ ਏ ਮਤਲਬ ਹੈ ਕਿ ਤੁਸੀਂ ਮੈਨੂੰ ਜਾਣਿਆ ਨਹੀਂ ਜਿਸ ਨੂੰ ਸਮਝਿਆ ਨਾ ਜਾਵੇ ਉਹ ਕੁਦਰਤੀ ਉਪਰਾ ਹੁੰਦਾ ਹੈ ਮੈਂ ਤੁਹਾਨੂੰ ਆਪਣੇ ਦਿਲ ਦਾ ਇੱਕ ਪਿਆਰਾ ਅਰਮਾਨ ਸਮਝਦਾ ਹਾਂ ਫੇਰ ਉਸ ਦਿਨ ਵਾਲੀ ਗੱਲ ਮੈਂ ਚਾਹੁੰਦੀ ਹਾਂ ਤੁਸੀਂ ਮੇਰੇ ਵਿੱਚ ਆਪਣੀ ਜ਼ਿੰਦਗੀ ਦੇਖੋ ਅਤੇ ਆਪਣੀ ਜ਼ਿੰਦਗੀ ਵਿੱਚ ਤੁਸੀਂ ਮੈਨੂੰ ਸਹਾਰਾ ਦਿਓ ਕਿਉਂਕਿ ਮੈਂ ਥੱਕ ਕੇ ਡਿੱਗ ਚੁੱਕੀ ਹਾਂ ਤੁਹਾਡਾ ਇਛਾ ਤੇ ਬਾਲ ਨਵਾ ਹੈ ਹਰ ਚੀਜ਼ ਦਿਲ ਵਿੱਚ ਏਰਮਾਨ ਬਣ ਕੇ ਰੱਖੀ ਜਾਂਦੀ ਹੈ ਤੁਸੀਂ ਇਸ ਗੱਲ ਨੂੰ ਮੇਰੇ ਫਰਜ਼ ਤੇ ਛੱਡੋ ਸਤਨਾਮ ਥੱਲੇ ਗਾਉਣ ਲੱਗ ਪਿਆ ਪਤਾ ਨਹੀਂ ਉਸ ਦਾ ਨਿਸ਼ਾਨਾ ਅਸੀਸਾਂ ਜਾਂ ਕੋਈ ਉਸ ਦਿਨ ਨਖੇਰ ਲੇ ਰਾਂਝਾ ਮੈਂ ਹਜ਼ਾਰੇ ਦਾ ਤੂੰ ਸਿਆਲੀ ਹੀਰਨੀ ਹਸ਼ਰ ਤਾਈਂ ਚੁਬਣਗੇ ਤੇਰੇ ਮਾਰੇ ਤੀਰ ਨਹੀਂ ਮੈਂ ਤੇ ਪਾਲ ਦੋਵੇਂ ਹੱਥ ਪਏ ਤੁਸਾਂ ਉਸ ਦਿਨ ਕਿਹਾ ਸੀ ਕਦੇ ਫੇਰ ਆਪਣੀ ਜੀਵਨੀ ਵਿਥਿਆ ਦੱਸਾਂਗੀ ਕਦੇ ਫੇਰ ਤਾ ਆਉਣਾ ਨਹੀਂ ਪਰ ਅੱਜ ਤੁਸੀਂ ਸੁਣਾ ਸਕਦੇ ਹੋ ਮੈਂ ਪਾਲ ਨੂੰ ਸੁਭਾਵਕ ਕਿਹਾ ਅੱਜ ਵੀ ਕੋਈ ਸੋਨਾ ਮੌਕਾ ਨਹੀਂ ਇੱਕ ਸ਼ਾਂਤ ਥਾਂ ਤੇ ਸੰਤਾਤਰ ਸਮਾਂ ਲੋੜੀ ਦਾ ਹੈ ਉਸ ਦੇ ਬਾਹਾਂ ਹੇਠਾਂ ਕਰਨ ਤੇ ਉਸ ਦੀਆਂ ਵੱਟਾਂ ਵਾਲੀ ਚੁੰਨੀ ਵੀ ਥੱਲੇ ਨੂੰ ਟਿਰਕ ਗਈ ਅਤੇ ਉਸ ਦੇ ਗਲ ਹਰੇ ਮਣਕਿਆਂ ਦੀ ਮਾਲਾ ਚਿੱਟੇ ਕਲਰਾਂ ਦੇ ਸੁਹਾਪਨ ਦੀ ਸਵੇਰ ਬਣ ਗਈ ਮੈਨੂੰ ਇਉਂ ਜਾਪਿਆ ਜਿਵੇਂ ਉਹਨਾਂ ਮਣਕਿਆਂ ਵਿੱਚ ਮੇਰੀ ਪ੍ਰੀਤ ਦੇ ਕੁੱਲ ਸਿਮਰਨ ਬੰਦ ਪਏ ਹਨ ਖਬਰੇ ਉਹਨਾਂ ਦੀ ਸ਼ੋ ਇੱਕ ਵਾਰ ਹੀ ਪ੍ਰਭੂ ਅੱਖ ਨਾਲ ਸਾਰੇ ਜੀਵਨ ਦੇ ਸੰਸੇ ਮੁਕਾ ਦੇਵੇਗੀ ਪਰ ਜੇ ਜੀਵਨ ਦੇ ਸੰਸੇ ਮੁੱਕ ਗਏ ਫੇਰ ਪੁਜਾਰੀ ਦੀ ਹیثیت ਕੀ ਰਹੀ ਜਦ ਪੁਜਾਰੀ ਨਾ ਰਹਾ ਤਾਂ ਪੂਜਾ ਕਿਵੇਂ ਹੋਵੇਗੀ ਰਾਜ ਨ ਚਾਹੂੰ ਮੁਕਟ ਨ ਚਾਹੂੰ ਮਨਪ੍ਰੀਤ ਚਰਨ ਕੁਮਲਾਰੇ ਕਿੱਥੇ ਚਲੇ ਗਏ ਪਾਲਣੇ ਸਹਾਰੇ ਤੇ ਕੋਣੀ ਰੱਖਦਿਆਂ ਕਿਹਾ ਜਿੱਥੇ ਹਰ ਆਦਮੀ ਨੂੰ ਜਾਣਾ ਪੈਂਦਾ ਹੈ ਹਰ ਆਦਮੀ ਨੂੰ ਕਿੱਥੇ ਜਾਣਾ ਪੈਂਦਾ ਹੈ ਆਪਣੀ ਆਖਰੀ ਜਾਂ ਮੋਢਲੀ ਮੰਜ਼ਲਵਲ ਆਖਰੀ ਤੇ ਮੋਢਲੀ ਮੰਜ਼ਲ ਮੈਂ ਨਹੀਂ ਸਮਝੀ ਜਿੱਥੇ ਆਦਮੀ ਦੇ ਸਫ਼ਰ ਦਾ ਅੰਤ ਹੋ ਜਾਂਦਾ ਹੈ ਉਹ ਆਖਰੀ ਹੈ ਫਨਾ ਮੁੱਢ ਤੋਂ ਪਾਵ ਆਦਮੀ ਦੇ ਕਰਮਕ੍ਰਿਆ ਦਾ ਸ਼ੁਰੂ ਆਦਮੀ ਦਾ ਜਨਮ ਮੌਤ ਮਗਰੋਂ ਆਰੰਭ ਹੁੰਦਾ ਹੈ ਅਤੇ ਅੰਤ ਮੌਤ ਵਿੱਚ ਹੀ ਵਾਪਸ ਚਲਾ ਜਾਂਦਾ ਹੈ ਮੌਤ ਹੀ ਚੰਗੀਆਂ ਮੰਦੀਆਂ ਹਾਲਾਤਾਂ ਤਾਂ ਦੀ ਤੇ ਉਸਾਰਤੀ ਹੈ ਪਾਲਾ ਹਸ ਤੋ ਬੀ ਅਦੇ ਉਸ ਨੇ ਆਪਣਾ ਸਿਰ ਸੱਜੀ ਇੱਥੇ ਲੀਨਾ ਥੱਤੇ ਲੀਤੇ ਰੱਖ ਲਿਆ ਤੇ ਕੁਝ ਗੰਭੀਰ ਹੋ ਗਈ ਮੈਂ ਫੇਰ ਕਿਹਾ ਜੋਗੀ ਕਦੋਂ ਕੋ ਦੇ ਹੋ ਗਏ ਹੋ ਬਸ ਹੁਣ ਤੇ ਦਿਲ ਜੋਗਨ ਬਨ ਨੂੰ ਕਰਦਾ ਹੈ ਸੰਸਾਰ ਦੇ ਦੁੱਖਾਂ ਨੇ ਤਾਂ ਫੋੜੇ ਵਾਂਗ ਚੀਸ ਦਿੱਤਾ ਹੁਣ ਪੀਆ ਦੇ ਗੁਣ ਗਾ ਕੇ ਵੀ ਵੇਖ ਲਈਏ ਜੇ ਸਰਦਾ ਹਿਰਦਾ ਇੱਕ ਪਲ ਸ਼ਾਂਤ ਹੋ ਜਾਵੇ ਇੱਕ ਪਲ ਹੀ ਨਹੀਂ ਪਾਲ ਮੇਰੇ ਭਗਵਾਨ ਦਾ ਸਿਮਰਨ ਅਗਾਧ ਸ਼ਾਂਤ ਹੋ ਵਿਸਦਾ ਹੈ ਮੇਰੀ ਖੁਸ਼ੀ ਦੀ ਅਜ ਹੱਦ ਨਹੀਂ ਜੋ ਤੇਰੇ ਖਿਆਲ ਭਗਵਾਨ ਚੇੜਕਵਲ ਰغب ਹੋਏ ਹਨ ਪਰ ਇਹ ਤੇ ਦੱਸ ਉਹ ਪ੍ਰੇਮ ਮੂਰਤ ਕੌਣ ਹੈ ਜਿਸ ਦੀ ਪੂਜਾ ਸੰਸਕਾਰਾਂ ਨੇ ਤੇਰੇ ਹਿਰਦੇ ਨੂੰ ਪਵਿੱਤਰ ਚਾਨਣ ਨਾਲ ਭਰ ਦਿੱਤਾ ਹੈ ਮੈਂ ਵੀ ਉਹਨਾਂ ਦੇ ਦਰਸ਼ਨ ਕਰਕੇ ਕ੍ਰਿਤ ਰਤ ਹੋਵਾਂ ਮੈਂ ਇੱਕ ਵਾਰ ਜਲੰਧਰ ਜਾ ਰਹੀ ਸਾਂ ਉਹ ਨਵ ਉਮਰੀਆ ਮੈਨੂੰ ਰੇਲ ਵਿੱਚ ਮਿਲੇ ਸਨ ਮੇਰੇ ਚਿਹਰੇ ਤੇ ਰੰਗੀਲੇ ਸ਼ਰਮ ਦੇ ਚਿੰਨ ਸਨ ਮੈਂ ਨੀਵੀਂ ਚੁੱਕਦਿਆਂ ਕਿਹਾ ਤੂੰ ਸਾਂ ਮੈਨੂੰ ਕਈ ਵਾਰ ਸ਼ਰਮਿੰਦਾ ਕੀਤਾ ਹੈ ਮੈਨੂੰ ਮੇਰੇ ਭਗਵਾਨ ਨੇ ਕੂੜੇ ਭਾਵ ਤਿਆ ਕੇ ਸੱਚ ਬੋਲਣ ਦੀ ਆਦਤ ਪਾ ਦਿੱਤੀ ਹੈ ਮੈਂ ਚੁੱਪਚਾਪ ਆਪਣੀ ਕਮੀ ਤੇ ਮਜੀਠੀ ਬਟਨ ਨੂੰ ਵੇਖਣ ਲੱਗ ਪਿਆ ਜਿਵੇਂ ਮੈਨੂੰ ਕੋਈ ਗੱਲ ਨਹੀਂ ਸੀ ਔੜ ਦੀ ਉਦੋਂ ਹੀ ਜੇਬ ਵੱਲ ਧਿਆਨ ਜਾਣ ਕਰਕੇ ਮੈਨੂੰ ਫੁੱਲ ਚੇਤੇ ਆ ਗਏ ਜਿਹੜੇ ਮੈਂ ਪਾਲੀ ਪ੍ਰੇਮ ਸੁਗਾਤ ਵਜੋਂਦਾ ਸੀ ਇੱਕ ਵਾਰ ਸੁਦਾ ਸੁਦਾਮਾ ਜੀ ਕੰਗਾਲ ਹਾਲਤ ਵਿੱਚ ਕ੍ਰਿਸ਼ਨ ਜੀ ਨੂੰ ਮਿਲਣ ਗਏ ਸੁਗਾਤ ਵਜੋਂ ਸੇਤੂ ਹੀ ਲੈ ਗਏ ਸਨ ਤੇ ਮੈਂ ਸਮਝ ਗਈ ਲਿਆਓ ਮੇਰੀ ਸੁਗਾਤ ਮੈਨੂੰ ਛੇਤੀ ਦੇ ਦੇਵੋ ਭਵੇਂ ਉਹ ਕਿਹੋ ਜਿਹੀ ਹੈ ਮੈਂ ਚਿੱਟੀ ਰੁਮਾਲੀ ਜਿਸ ਵਿੱਚ ਫੁੱਲ ਸਨ ਅੱਗੇ ਕਰ ਦਿੱਤੀ ਅਤੇ ਨਿਮਾਣੇ ਤੋਹਫੇ ਕਰਕੇ ਨੀਵੀਂ ਪਾ ਲਈ ਉਸ ਰੁਮਾਲੀ ਦੋਵੇਂ ਦੋਹਾਂ ਹੱਥਾਂ ਵਿੱਚ ਬੜੀ ਸ਼ਰਧਾ ਤੇ ਪ੍ਰੇਮ ਨਾਲ ਲਈ ਜਿਵੇਂ ਕਿਸੇ ਪਵਿੱਤਰ ਪੁਸਤਕ ਨੂੰ ਕੋਈ ਪਰਤ ਸਾਹਮ ਸਾਹ ਖੋਲਦਾ ਹੈ ਪਾਲਵੀ ਉਸ ਰਮਾਲੀ ਦੀਆਂ ਤਹਾਂ ਚੁੱਕ ਰਹੀ ਸੀ ਹਵਾ ਹਵਾ ਜ਼ਿਆਦਾ ਵਗਣ ਕਰਕੇ ਚੁਬਾਰੇ ਦੀਆਂ ਬਾਰੀਆਂ ਠੱਕ ਠੱਕ ਵੱਜ ਰਹੀਆਂ ਸਨ ਜਿਉਂ ਹੀ ਪਾਲ ਨੇ ਫੁੱਲ ਨੰਗੇ ਕੀਤੇ ਖਵਾ ਦੇ ਕਾਰਨ ਪੱਤੀਆਂ ਦੀਆਂ ਸੁਗੰਧੀਆਂ ਸਾਰੇ ਚੁਬਾਰੇ ਵਿੱਚ ਖਿਲਰ ਗਈਆਂ ਪਾਲ ਨੇ ਝੱਟ ਰਮਾਲੀ ਦੱਬ ਲਈ ਕੋਮਲ ਰੂਹਾਂ ਕੋਮਲ ਹੀ ਸੁਗਾਤਾਂ ਦਇਆ ਕਰਦੀਆਂ ਨੇ ਇਹ ਫੁੱਲ ਕੁਮਲਾ ਗਏ ਹਨ ਪਰ ਇਹਨਾਂ ਨੂੰ ਕੁਮਲਾਉਣਾ ਨਹੀਂ ਸੀ ਚਾਹੀਦਾ ਬੇਵਫਾ ਜੋ ਹੋਏ ਹਸਨ ਜਵਾਨੀਆਂ ਆਪਣੇ ਮਿਆਦ ਤੇ ਆਪ ਹੀ ਚੁਰੜ ਜਾਂਦੀਆਂ ਹਨ ਇਹ ਤੇ ਫੁੱਲ ਸਨ ਮੇਰੀਆਂ ਸੁਗਾਤ ਦੀ ਤੁਸ਼ਤਾਵਲ ਨਾ ਵੇਖਿਆ ਜਾਵੇ ਪ੍ਰੀਤ ਯਾਦ ਦੀ ਮਹਿਕ ਵੱਲ ਧਿਆਨ ਦਿੱਤਾ ਜਾਵੇ ਮੈਂ ਤੇ ਸੱਚਮੁੱਚ ਇਹਨਾਂ ਨੂੰ ਪਾ ਕੇ ਗਵਾਚ ਗਈ ਹਾਂ ਕਿ ਮੈਨੂੰ ਵੀ ਕੋਈ ਯਾਦ ਕਰਦਾ ਹੈ ਮੇਰੇ ਜੀਵਨ ਦੀ ਪਤਝੜ ਵਿੱਚ ਮੋੜ ਬਹਾਰ ਬਹਾਰ ਬਣ ਰਹੀ ਹੈ ਅੱਜ ਮੈਂ ਈਸ਼ਵਰ ਦੀਆਂ ਦਤਾਰ ਬਖਸ਼ੀਆਂ ਤੋਂ ਖੁਸ਼ ਹਾਂ ਮੇਰੇ ਅੰਦਰ ਇੱਕ ਆਪ ਮੁਹਾਰੀ ਰਸੀਲਤਾ ਆ ਰਹੀ ਸੀ ਮੈਂ ਇੱਕ ਸ਼ਰਾਬ ਦੀ ਬੋਤਲ ਵਾਂਗ ਚੁੱਪ ਸਾਂ ਮੇਰੀਆਂ ਅੱਖਾਂ ਵਿੱਚ ਮੇਰੇ ਕੋਲ ਜਜ਼ਬੇ ਰਮਾਂਚ ਬਣ ਕੇ ਅੜਕੇ ਹੋਏ ਸਨ ਉਸ ਇੱਕ ਸੁੱਕੇ ਫੁੱਲ ਨੂੰ ਚੁੱਕ ਕੇ ਬੁੱਲਾ ਨਾ ਲਾਇਆ ਉਸ ਵੇਲੇ ਮੈਨੂੰ ਇਉਂ ਪਾਸਿਆ ਜਿਵੇਂ ਮੈਨੂੰ ਕਿਸੇ ਬਹਿਸ਼ਤ ਵਾਲ ਜੋਰੀ ਖਿੱਚਿਆ ਲਿਆ ਹੈ ਨੇੜੇ ਹੀ ਸੀ ਕਿ ਮੇਰੀ ਜ਼ਬਰਦਸਤ ਚੀਕ ਨਿਕਲ ਜਾਂਦੀ ਉਦੋਂ ਹੀ ਸਤਨਾਮ ਹੀઠੋਂ ਮੁੜਗਾ ਉਠਿਆ ਜਿਵੇਂ ਉਸ ਦੇ ਮੋੜ ਮੋੜ ਹੌਲ ਪੈਂਦੇ ਹਨ ਆਪਣੇ ਨੂੰ ਆਪਣਾ ਸੋਹਣੀਏ ਬਣਾ ਲਵੀਂ ਤੇਰੀ ਹੈ ਜਦ ਹੋ ਗਿਆ ਫੇਰ ਕੀ ਜਗ ਨਾਲ ਸੀਰਨੀ ਪਾਲਨੇ ਮੁਸਕਰਾਉਂਦਿਆਂ ਕਿਹਾ ਸਤਨਾ ਮੋੜ ਮੋੜ ਕੀ ਆਖ ਰਿਹਾ ਹੈ ਆਪ ਮੁਹਾਰੇ ਹਮਾਰੀ ਜਾਂਦਾ ਹੈ ਕਿਤੇ ਸੱਚ ਤਾਂ ਨਹੀਂ ਆਖ ਰਿਹਾ ਸਚਾਈ ਕਦੇ ਕਿਸੇ ਦੇ ਆੜ ਲੈ ਕੇ ਨਹੀਂ ਆਉਂਦੀ ਜਿਸ ਦਿਨ ਆਵੇਗੀ ਬਿਲਕੁਲ ਨੰਗੇ ਮੂੰਹ ਸਚਾਈ ਕੀ ਤੇ ਬਹਾਨੇ ਕੀ ਪਰ ਫੇਰ ਵੀ ਜੋ ਕੁਝ ਵੀ ਦਿਲ ਵਿੱਚ ਹੈ ਮੈਂ ਸਪਸ਼ਟ ਦੱਸ ਦੇਣਾ ਚਾਹੁੰਦਾ ਹਾਂ ਇੱਕ ਮਿੱਠੀ ਮਿੱਠੀ ਖੁਸ਼ੀ ਅੰਦਰ ਹਿਲੋਰੇ ਦੇ ਰਹੀ ਹੈ ਤੁਹਾਡੇ ਮਿੱਠੇ ਪਿਆਰ ਦਾ ਨਗਮਾ ਹਿਰਦੇ ਵਿੱਚ ਆਨੰਦ ਹੀ ਆਨੰਦ ਹੈ ਜਿਸ ਵਿੱਚ ਤੇਰਾ ਪਿਆਰ ਇੱਕ ਛੋਟੀ ਲਹਿਰ ਦੱਸਦਾ ਹੈ ਪਰ ਮੁੜ ਉਹ ਵੱਡੀ ਸਾਗਰ ਹੋ ਜਾਂਦਾ ਹੈ ਫੇਰ ਵੀ ਮੇਰੇ ਅੰਦਰ ਇੱਕ ਡਰ ਕੰਪਨੀ ਦੇ ਰਿਹਾ ਹੈ ਕਿ ਕਿਤੇ ਮੇਰੀ ਨਦਾਨ ਉਮਰ ਤੁਹਾਡੇ ਗਲਤ ਪਿਆਰ ਦੀ ਨੀਰੀ ਕਾਮਨਾ ਬਣ ਕੇ ਨਾ ਰਹਿ ਜਾਵੇ ਬਲਬੀਰ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ ਤੁਸੀਂ ਇੱਕ ਨਿਮਾਣੀ ਨੂੰ ਇੰਨਾ ਉੱਚਾ ਨਾ ਖਿਆਲ ਕਰੋ ਜੈਸ ਨੂੰ ਮੈਂ ਕਿਸੇ ਵੇਲੇ ਸਮਝ ਵੀ ਨਾ ਸਕਦੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਤੁਹਾਡੇ ਭਰਾ ਦਾ ਮੈਂ ਥੁੱਕ ਛੱਡਿਆ ਮਾਲ ਹਾਂ ਮਾਲ ਤੋਂ ਖਾਲੀ ਦੁਨੀਆ ਦਾ ਕੋਈ ਵੀ ਅੰਗ ਨਹੀਂ ਇਸ ਮਾਲ ਵਿੱਚ ਜਿਹੜੀ ਥੋੜੀ ਬਹੁਤੀ ਚਮਕ ਹੈ ਉਹ ਭਗਵਾਨ ਦਾ ਸਤਾਪਕ ਗੁਣ ਹੈ ਮਾਲ ਵਿੱਚ ਸੁਤੰਤਰ ਆਪਣੀ ਚਮਕ ਨਹੀਂ ਦੂਜਾ ਕਿਸੇ ਮੇਰੇ ਭਰਾ ਵਾਲਾ ਗਿਲਾ ਇਸ ਤੋਂ ਸਰਬ ਸਤਰੀ ਜਾਤੀ ਅੱਗੇ ਸ਼ਰਮਿੰਦਾ ਹਾਂ ਕਿ ਮਰਦੋਨਾਂ ਨਾਲ ਯੋਗ ਵਰਤਾਓ ਨਹੀਂ ਕਰਦੇ ਭਵੇਂ ਉਹ ਤੁਹਾਡੇ ਨੇ ਕਿੰਨਾ ਫਜ਼ੂਲ ਰੋਪ ਪਾਉਂਦੇ ਹਨ ਪਰ ਫੇਰ ਵੀ ਤੁਸੀਂ ਉਹਨਾਂ ਨੂੰ ਮਾਫ਼ ਕਰੋ ਉਹ ਤਰਸ ਦੇ ਪਾਤਰ ਹਨ ਉਹਨਾਂ ਨੂੰ ਆਪਣੀ ਬੇਵਕੂਫੀ ਦਾ ਪਤਾ ਨਹੀਂ ਜਿ세 ਆਦਮੀ ਨੂੰ ਆਪਣੀ ਕਿਰਿਆ ਵਿੱਚ ਪੁੰਨ ਪਾਪ ਦਾ ਗਿਆਨ ਨਹੀਂ ਉਸਤੇ ਰੋਸ ਬੇਅਰਥ ਹੈ ਆਪਣੇ ਹੀ ਮਨ ਆਤਮਾ ਨੂੰ ਜ਼ਖਮੀ ਕਰਨਾ ਹੁੰਦਾ ਹੈ ਇਹ ਮੈਂ ਨਹੀਂ ਮੰਨ ਸਕਦੀ ਆਦਮੀ ਬਲ ਨਾਲ ਹਰ ਚੰਗੀ ਮੰਦੀ ਚੀਜ਼ ਨੂੰ ਆਪਣੀ ਯੋਗ ਬਣਾ ਲੈਂਦਾ ਹੈ ਪਰ ਇਸਤਰੀ ਆਪਣੇ ਸਤੀ ਧਰਮ ਨੂੰ ਛੱਡ ਜ਼ਿੰਦਗੀ ਦੀ ਬਾਜ਼ੀ ਲਾ ਕੇ ਵੀ ਹਾਰ ਖਾ ਜਾਂਦੀ ਹੈ ਮੈਂ ਤੇ ਸਮਝਦੀ ਹਾਂ ਮਰਦ ਕੋਲ ਬਲ ਹੈ ਤੇ ਇਸਤਰੀ ਕਮਜ਼ੋਰੀਆਂ ਦੀ ਪੰਨੀਆਂ ਬਲਾ ਮਰਦ ਕੋਲ ਐਬ ਵੀ ਕਰ ਲਵੇ ਉਹ ਵੀ ਨੇਕੀ ਬਣ ਕੇ ਜਾਗ ਵਿੱਚ ਰੋਸ਼ਨ ਹੋ ਜਾਂਦਾ ਹੈ ਪਰ ਇਸਤਰੀ ਇੱਕ ਪਵਿੱਤਰ ਕਾਰਜ ਵਿੱਚ ਵੀ ਬਦਨਾਮ ਸਮਝੀ ਜਾਂਦੀ ਹੈ ਦੁਨੀਆ ਦੀ ਬੁਨਿਆਦ ਤੱਕਰੇ ਮਾਰੇ ਦੀ جنگ ਉੱਤੇ ਹੈ ਪਾਲ ਕੁਝ ਹੋਰ ਵੀ ਕਹਿਣਾ ਚਾਹੁੰਦੀ ਸੀ ਕਿ ਤਾਰੋ ਪੌੜੀਆਂ ਚੜੀ ਦੀ ਸੀ ਉਸ ਨੂੰ ਦੇਖ ਕੇ ਦੋਵਾਂ ਦਾ ਹਾਸਾ ਨਿਕਲ ਗਿਆ ਕਿ ਉਹ ਸਾਦਮੀ ਨੂੰ ਧੰਨਵਾਦ ਨਹੀਂ ਦੇਣਾ ਚਾਹੀਦਾ ਜਿਹੜਾ ਦੂਜਿਆਂ ਨੂੰ ਹਸਾਉਂਦਾ ਹੈ ਤਾਰੂ ਨੇ ਉੱਤੇ ਆਉਂਦਿਆਂ ਹੀ ਕਿਹਾ ਕਿਉਂ ਬਲਬੀਰ ਕੱਢ ਲੈ ਦਿਲ ਦੇ ਗੁਬਾਰ ਹੇਮਪਾਲ ਹੇਮਪਾਲ ਲਾਜ ਛੱਡੀ ਸੀ ਮਹੀਨੇ ਦੀ ਐਸ ਨੂੰ ਨਾਲ ਹੀ ਕਿਉਂ ਨਹੀਂ ਲੈ ਚਲਦੇ ਨਾਲੇ ਮੇਰਾ ਜੀ ਲੱਗਿਆ ਰਿਹਾ ਕਰੋ ਜੀ ਤੂੰ ਆਪਣਾ ਲਵਾਉਣਾ ਏ ਤੇ ਲੈ ਕੇ ਜਾਵਾਂ ਮੈਂ ਇਹ ਕਿਸ ਤਰ੍ਹਾਂ ਮੈਂ ਕੀ ਕਹਿ ਹੀ ਰਿਹਾ ਸਾਂ ਪਾਲਨੇ ਵਿੱਚੋਂ ਹੀ ਕਿਹਾ ਚੱਲਾਂਗੀ ਜ਼ਰੂਰ ਚੱਲਾਂਗੀ ਜੇ ਤੇਰਾ ਜੀ ਨਹੀਂ ਲਵਾਉਣਾ ਹੋਰ ਕਿਸੇ ਦਾ ਕਿਸ ਦਾ ਲਵਾਉਣਾ ਏ ਦੱਸਦੀ ਏ ਗੱਲ ਤੂੰ ਕਿਤੇ ਸਾਡੇ ਮੁੰਡੇ ਨੂੰ ਤਾਰੂ ਦੀ ਗੱਲ ਵਿੱਚ ਛੱਡ ਦਿੱਤੀ ਤੇਰਾ ਵੀ ਕੁਝ ਪਤਾ ਨਹੀਂ ਲੱਗਦਾ ਕਦੇ ਉਧਰ ਕਦੇ ਇਧਰ ਪਾਲਨੇ ਹੱਸਦਿਆਂ ਕਿਹਾ ਰੋਟੀ ਤਿਆਰ ਪਈਏ ਬਲਬੀਰ ੇਠਾਂ ਉਡੀਕਦੇ ਹਨ ਫੇਰ ਠੰਡੀ ਹੋ ਜਾਵੇਗੀ ਉਸ ਨੂੰ ਲੰਗਰ ਖਵਾ ਦੇ ਮੈਨੂੰ ਤਾਂ ਅੱਜ ਪਾਲ ਦੇ ਨਿਯੰਦ ਹੈ ਉੱਠ ਤੂੰ ਚੱਲ ਕੇ ਰੋਟੀ ਖਾ ਪਾਲਾ ਭੁੱਖੀ ਬੈਠੀ ਹੈ ਪਾਲ ਨੇ ਉੱਠਦਿਆਂ ਕਿਹਾ ਮੈਨੂੰ ਤਾਂ ਹਲੇ ਭੁੱਖ ਲੱਗੀ ਨਹੀਂ ਤੈਨੂੰ ਅੱਜ ਭੁੱਖ ਕਿੱਥੇ ਆਹੋ ਭਾਈ ਮੇਲੇ ਹੋ ਗਏ ਤੁਹਾਨੂੰ ਭੁੱਖ ਕਿਵੇਂ ਮੈਂ ਹੱਸਦਿਆਂ ਕਿਹਾ ਤਾਰੋ ਵੀ ਰੰਗੀਲੀ ਹੈ ਤੇਰਾ ਭਰਾ ਤਾਂ ਗੁੱਸੇ ਨਾਲ ਹੀ ਭਰਿਆ ਰਹਿੰਦਾ ਹੈ ਆਪ ਤਾਂ ਗੱਲ ਅਗਲੇ ਨੂੰ ਚੋਬ ਵੀ ਕਹਿ ਦੇਣੀ ਤੇ ਆਪਣੇ ਵਾਰੀ ਬੱਸ ਮੈਂ ਨਾ ਮਾਨੂੰ ਅਸੀਂ ਤਿੰਨੇ ਹੱਸਦੇ ਹੱਸਦੇ ਪੌੜੀਆਂ ਉਤਰ ਗਏ ਧੰਨਵਾਦ ਬਾਕੀ ਅਗਲੇ ਭਾਗ ਵਿੱਚ